ਟਕਸਾਲ ਵਿੱਚ ਰਹਿਣ ਤੋਂ ਬਿਨਾਂ ਕੋਈ ਟਕਸਾਲੀ ਨਹੀਂ ਹੋ ਸਕਦਾ। ਪਿਆਰਲਾ ਖੋਲ ਸ੍ਰੀ ਵਾ, ਉਹ ਟਕਸਾਲ ਦਾ ਸ਼ੁਭ ਚਿੰਤਕ ਹੋ ਸਕਦਾ, ਟਕਸਾਲ ਦਾ ਸਤਿਕਾਰ ਰੱਖਣ ਵਾਲਾ ਤਾਂ ਹੋ ਸਕਦਾ, ਮਗਰ ਉਸ ਜਦੋਂ ਤੱਕ ਕੋਈ ਕਾਲਜ ਜਾਵੇ ਹੀ ਨਾ, ਉੱਥੇ ਟਾਈਮ ਦੇਵੇ ਹੀ ਨਾ, ਤੇ ਉਹ ਆਖੇ ਮੈਂ BA MA ਕਰ ਲਈ ਤਾਂ ਬਾਤ ਹੋਰ ਹੋਵੇਗੀ। ਬੇਨਤੀ ਕਰ ਰਿਹਾ ਸਾਂ, ਅਰਜ਼ ਕਰ ਰਿਹਾ ਸਾਂ, ਗੁਰੂ ਕੀ ਕਾਸ਼ੀ ਸ੍ਰੀ ਦਮਦਮਾ ਸਾਹਿਬ ਅਖੰਡ ਪਾਠ ਦੀ ਜੋ ਟਕਸਾਲ ਵੱਲੋਂ ਮਰਿਆਦਾ ਤੇ ਪਰੰਪਰਾ ਹੈ, ਉਹਦੇ ਮੁਤਾਬਕ ਇਹ ਨਹੀਂ ਕਿ ਤੁਸੀਂ ਜਪਜੀ ਸਾਹਿਬ ਤੋਂ ਬਾਅਦ ਜਿਹੜਾ ਤਾਂ ਦਿਲ ਕਰੇ ਹੋਰ ਬਾਣੀ ਦਾ ਪਾਠ ਕਰੀ ਜਾਓ। ਜਪਜੀ ਸਾਹਿਬ ਪੜ੍ਹ ਕੇ ਪਾਠ ਸੰਪੂਰਨ ਹੋ ਜਾਂਦਾ। ਮਰਿਆਦਾ ਸੀ ਪੁਰਾਤਨ ਕਿ ਜਪ ਕੜਾ ਪ੍ਰਸਾਦ ਕਰਦਿਆਂ ਹੋਇਆਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਨਾ, ਜਦੋਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਦੇਗ ਰੱਖਣੀ ਹੈ, ਉਦੋਂ ਸਾਰਾ ਆਨੰਦ ਸਾਹਿਬ ਦਾ ਪਾਠ ਸੰਪੂਰਨ ਪੜ੍ਹਨਾ। ਔਰ ਮਹਾਂਪੁਰਸ਼ਾਂ ਦਾ ਦੀ ਤੇ ਹੋਰ ਵੀ ਪਰੰਪਰਾ ਸੀ, ਹੋਰ ਵੀ ਨਾਲ ਛੰਦ ਪੜ੍ਹੇ ਜਾਂਦੇ ਸਨ, ਖਾਲੀ ਆਨੰਦ ਸਾਹਿਬ ਹੀ ਨਹੀਂ। ਪਿਆਰਲਾ ਖੋਲ ਸ੍ਰੀ ਵਾ, ਜਦੋਂ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਪ੍ਰਸ਼ਾਦ ਰੱਖਣਾ, ਸਾਰਾ ਆਨੰਦ ਸਾਹਿਬ ਪੜ੍ਹਨਾ। ਪਰ ਇਹਦੇ ਵਿੱਚ ਕਿਉਂ ਕਮਜ਼ੋਰੀ ਆਈ? ਸਾਡੇ ਹੀ ਧਾਰਮਿਕ ਲੋਕ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਰੱਖ ਕੇ ਵੱਖਰਾ ਆਨੰਦ ਸਾਹਿਬ ਨਹੀਂ ਪੜ੍ਹਨਾ ਚਾਹੁੰਦੇ, ਇਸ ਲਈ 5 ਪੌੜੀਆਂ ਪ੍ਰਚਲਿਤ ਹੋ ਗਈਆਂ, ਤੇ ਹੁਣ 5 ਪੌੜੀਆਂ ਪੜ੍ਹੀਆਂ ਜਾਣ ਤੇ ਅਸੀਂ ਸਮਝਦੇ ਹਾਂ ਦੀਵਾਨ ਸਮਾਪਤ ਹੋ ਗਿਆ। ਪਿਆਰਲਾ ਖੋਲ ਸ੍ਰੀ ਵਾ, ਜਦੋਂ ਕਿ ਆਨੰਦ ਸਾਹਿਬ ਦਾ ਸੰਬੰਧ ਦੀਵਾਨ ਦੀ ਸਮਾਪਤੀ ਨਾਲ ਨਹੀਂ ਹੈ, ਤੁਸੀਂ ਹੁਣ ਵੀ ਦੇਖੋਗੇ ਮੰਜੀ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸੰਪੂਰਨ ਹੁੰਦਾ, ਨਾਲ ਹੀ ਕੀਰਤਨੀ ਆਨੰਦ ਸਾਹਿਬ ਦਾ ਪਾਠ ਕਰ ਦਿੰਦੇ ਨੇ, ਔਰ ਬਾਅਦ ਵਿੱਚ ਹੁਕਮਨਾਮੇ ਦੀ ਕਥਾ ਹੁੰਦੀ ਹੈ, ਫਿਰ ਅਰਦਾਸ ਹੋ ਜਾਂਦੀ, ਫਿਰ ਉੱਥੇ ਆਨੰਦ ਸਾਹਿਬ ਪੜ੍ਹ ਕੇ ਨਹੀਂ, ਆਨੰਦ ਸਾਹਿਬ ਪਹਿਲਾਂ ਕੀਰਤਨੀ ਕੜਾ ਪ੍ਰਸ਼ਾਦ ਹਜ਼ੂਰੀ ਵਿੱਚ ਆਉਣ ਦੇ ਨਾਲ ਪੜ੍ਹ ਦਿੰਦੇ ਸਨ। ਤੁਸੀਂ ਮਹਾਂਪੁਰਸ਼ਾਂ ਦੇ ਪਾਸ ਰਹਿੰਦਿਆਂ ਵੀ ਦੇਖਿਆ ਹੋਵੇਗਾ, ਆਸਾ ਜੀ ਦੀ ਵਾਰ ਦੀ ਸਮਾਪਤੀ ਦੇ ਨਾਲ ਹੀ ਕੀਰਤਨੀ ਆਨੰਦ ਸਾਹਿਬ ਜੀ ਦੀਆਂ 5 ਪੌੜੀਆਂ ਦਾ ਸ਼ਬਦ ਕੀਰਤਨ ਕਰ ਦਿੰਦੇ ਸਨ। ਬਾਅਦ ਵਿੱਚ ਕਥਾ ਹੁੰਦੀ ਸੀ, ਸੰਥਿਆ ਹੁੰਦੀ ਸੀ, ਤੇ ਨਾਲ ਹੀ ਅਰਦਾਸ ਹੋ ਜਾਇਆ ਕਰਦੀ ਸੀ। ਇਹ ਸੀ ਟਕਸਾਲ ਦੀ ਮਰਿਆਦਾ। ਪਿਆਰਲਾ ਖੋਲ ਸ੍ਰੀ ਵਾ, ਪਰ ਹੁਣ ਤੇ ਆਮ ਅਸਥਾਨਾਂ ਤੇ ਆਨੰਦ ਸਾਹਿਬ ਦੇ ਪੜ੍ਹਨ ਦਾ ਮਤਲਬ ਹੁੰਦਾ ਹੈ ਵੀ ਹੁਣ ਤੁਸੀਂ ਨਹੀਂ ਬੋਲ ਸਕਦੇ, ਹੁਣ ਆਨੰਦ ਸਾਹਿਬ ਪੜ੍ਹਿਆ ਗਿਆ, ਦੀਵਾਨ ਸਮਾਪਤ ਹੋ ਗਿਆ। ਜਦੋਂ ਕਿ ਆਨੰਦ ਸਾਹਿਬ ਦਾ ਸੰਬੰਧ ਕੜਾ ਪ੍ਰਸਾਦ ਨਾਲ ਹੈ ਔਰ ਆਨੰਦ ਸਾਹਿਬ ਸਾਰਾ ਪੜ੍ਹਨਾ, ਇਸ ਲਈ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸਿੱਧੀ ਅਰਦਾਸ ਕਰਨੀ ਚਾਹੀਏ। ਕੜਾ ਪ੍ਰਸਾਦ ਗੁਰੂ ਕੀ ਹਜ਼ੂਰੀ ਵਿੱਚ ਰੱਖ ਕੇ ਜਿਵੇਂ ਕੱਲ ਆਪ ਜੀ ਨੇ ਆਨੰਦ ਸਾਹਿਬ ਦਾ ਪੂਰਾ ਪਾਠ ਕੀਤਾ ਸੀ, ਇਹ ਹੈ ਮਰਿਆਦਾ, ਇਹ ਹੈ ਪਰੰਪਰਾ। ਪਰ ਇਹ ਸਾਡੇ ਦਾਸ ਵੱਲੋਂ ਆਪਣੇ ਵੱਲੋਂ ਨਹੀਂ, ਜੋ ਕੁਝ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ ਦਿੱਠਾ, ਜਿਸ ਤਰੀਕੇ ਨਾਲ ਉਹ ਸਾਨੂੰ ਜਿਸ ਰਸਤੇ ਲਗਾਉਂਦੇ ਰਹੇ, ਵਰਤਾਉਂਦੇ ਰਹੇ, ਉਸ ਤਰੀਕੇ ਨਾਲ ਪਹਿਲਾਂ ਖੋਲ ਸ੍ਰੀ ਵਾ। ਤੋ ਇਸ ਵਾਸਤੇ ਇਹ ਹੈ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਕਿ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਫਿਰ ਅਰਦਾਸ ਕਰਨੀ ਹੈ। ਕੜਾ ਪ੍ਰਸ਼ਾਦ ਦੀ ਮਰਿਆਦਾ ਹੈ ਕਿ ਜਪਜੀ ਸਾਹਿਬ ਕੜਾ ਪ੍ਰਸ਼ਾਦ ਤਿਆਰ ਕਰਦੇ ਪੜ੍ਹਨਾ, ਔਰ ਹਜ਼ੂਰ ਦੀ ਹਜ਼ੂਰੀ ਵਿੱਚ ਲਿਆ ਕੇ ਸਾਰਾ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਜਿਵੇਂ ਕਿ ਆਪ ਜੀ ਨੇ ਕੀਤਾ। ਤੋ ਬੇਨਤੀ ਕਰ ਰਿਹਾ ਸਾਂ, ਗੁਰੂ ਕੀ ਕਾਸ਼ੀ ਹਜ਼ੂਰ ਠਹਿਰੇ ਸਨ। ਵਜ਼ੀਰ ਖਾਂ ਵੱਲੋਂ ਹਜ਼ੂਰ ਨੂੰ ਧਮਕੀਆਂ ਭਰੇ ਪੱਤਰ ਲਿਖੇ ਗਏ ਸਨ, ਦਲੇ ਸਰਦਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ, ਔਰ ਉਹਨਾਂ ਵਿੱਚ ਇਹ ਵੀ ਲਿਖਿਆ ਗਿਆ ਸੀ, ਜੈਸੇ ਕਿ ਸੈਯਦ ਮੁਹੰਮਦ ਲਤੀਫ ਦਾ ਹਿਸਟਰੀ ਆਪ ਪੰਜਾਬ ਵਿੱਚ ਲਿਖਦੇ ਨੇ, ਕਿ ਵਜ਼ੀਰ ਖਾਂ ਨੇ ਦਲੇ ਸਰਦਾਰ ਨੂੰ ਕਿਹਾ ਸੀ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਤੂੰ ਵੇਲੇ ਕੁ ਵੇਲੇ ਆਪ ਖਤਮ ਕਰ ਦੇ, ਜਾਂ ਕੈਦ ਕਰਵਾ ਦੇ, ਗ੍ਰਿਫਤਾਰ ਕਰਵਾ ਦੇ, ਤੇ ਜੇ ਦੋ ਗੱਲਾਂ ਨਹੀਂ ਕਰੇਗਾ ਤੇਰੀ ਰਿਆਸਤ ਜ਼ਬਤ ਕਰ ਲਈ ਜਾਵੇਗੀ, ਤੇਰੇ ਤੇ ਹਮਲਾ ਕੀਤਾ ਜਾਵੇਗਾ। ਦਲੇ ਸਰਦਾਰ ਨੇ ਨਿਰਭੈਤਾ ਨਾਲ ਜਵਾਬ ਦਿੱਤਾ ਸੀ ਕਿ ਨਹੀਂ, ਜਦੋਂ ਤੱਕ ਮੈਂ ਜਿਉਂਦਾ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਰਹਾਂਗਾ, ਸੇਵਾ ਕਰਾਂਗਾ।
ਬਾਕੀ ਜੇ ਤੁਸੀਂ ਹਮਲਾ ਕਰਨਾ ਹੈ ਤਾਂ ਅਸਾਂ ਇੱਥੇ ਚੂੜੀਆਂ ਨਹੀਂ ਪਹਿਨੀਆਂ ਹੋਈਆਂ, ਅਸੀਂ ਹਮਲੇ ਵਾਸਤੇ ਤਿਆਰ ਹਾਂ। ਫਿਰ ਵੀ ਗੁਰੂ ਮਹਾਰਾਜ ਜੀ ਦੇ ਜੀਵਨ ਨੂੰ, ਜ਼ਿੰਦਗੀ ਨੂੰ ਸਿੱਖ ਆਪਣੀਆਂ ਕਰੋੜਾਂ ਜ਼ਿੰਦਗੀਆਂ ਨਾਲੋਂ ਵਧੇਰ ਕੀਮਤੀ ਸਮਝਦੇ ਸਨ, ਇਸ ਵਾਸਤੇ ਸਿੱਖ ਪਹਿਰਾ ਦਿੰਦੇ ਸਨ। ਇੱਕ ਦਿਨ ਬਦਲਾਂ ਦੀ ਗੜਗੜਾਹਟ ਹੋਈ, ਆਂਧੀ ਆਈ, ਪਹਿਰੇਦਾਰ ਥੋੜੇ ਜਿਹੇ ਅਵੇਸਲੇ ਹੋ ਗਏ, ਆਸੇ ਪਾਸੇ ਹੋ ਗਏ, ਪਰ ਉਸ ਦੇਸ਼ ਦਾ, ਉਸ ਸਟੇਟ ਦਾ ਰਾਜਾ ਵੀ ਚਰਨਾਂ ਵਿੱਚ ਸੀ। ਉਹ ਹਜ਼ੂਰ ਦੇ ਪਲੰਘੇ ਦੇ ਨੀਚੇ ਲੇਟ ਗਿਆ। ਅੰਧੇਰੀ ਚੱਲਦੀ ਰਹੀ, ਬਦਲਾਂ ਦੀ ਗੜਗੜਾਹਟ ਹੁੰਦੀ ਰਹੀ, ਬਰਸਾਤ ਨਾ ਆਈ, ਹਜ਼ੂਰ ਬਾਹਰ ਟਿਕੇ ਰਹੇ। ਹਜ਼ੂਰ ਨੇ ਥੋੜੀ ਦੇਰ ਬਾਅਦ ਉੱਚੀ ਆਵਾਜ਼ ਦੇ ਕੇ ਆਖਿਆ, ਕੋਈ ਹਾਜ਼ਰ ਹੈ? ਤੇ ਡੱਲੇ ਸਰਦਾਰ ਨੇ ਪਲੰਘੇ ਦੇ ਨੀਚੇ ਉੱਠ ਕੇ ਹੱਥ ਜੋੜ ਕੇ ਆਖਿਆ, ਹਜ਼ੂਰ ਤੁਹਾਡਾ ਸੇਵਕ ਹਾਜ਼ਰ ਹੈ। ਹਜ਼ੂਰ ਕਹਿਣ ਲੱਗੇ, ਅੱਛਾ ਆਰਾਮ ਕਰੋ। ਕੋਈ ਦੇਰ ਬਾਅਦ ਫਿਰ ਹਜ਼ੂਰ ਨੇ ਆਵਾਜ਼ ਦਿੱਤੀ, ਕੋਈ ਹਾਜ਼ਰ ਹੈ? ਡੱਲੇ ਸਰਦਾਰ ਨੇ ਫਿਰ ਹੱਥ ਜੋੜ ਕੇ ਆਖਿਆ, ਜੀ ਦਾਸ ਹਾਜ਼ਰ ਹੈ। ਤੀਸਰੀ ਵਾਰੀ ਸਰਕਾਰ ਨੇ ਫਿਰ ਪੁੱਛਿਆ, ਕੋਈ ਹਾਜ਼ਰ ਹੈ? ਡੱਲੇ ਬੈਰਾਰ ਸਰਦਾਰ ਨੇ ਫਿਰ ਆਖਿਆ, ਜੀ ਤੁਹਾਡਾ ਦਾਸ ਡੱਲਾ ਹਾਜ਼ਰ ਹੈ। ਬਸ ਸਿੱਖਾਂ ਦੇ ਜੀਵਨ ਵਿੱਚੋਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਇੱਕ ਘਟਨਾ ਮਿਲਦੀ ਹੈ ਕਿ ਡੱਲਾ ਸਰਦਾਰ ਜੇ ਰਾਤ ਨੂੰ ਆਰਾਮ ਕਰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਲੰਘੇ ਦੇ ਨੀਚੇ ਕਰਦਾ ਹੈ। ਹਾਲਾਂਕਿ ਉਹ ਵੀ ਇੱਕ ਰਾਜਾ ਹੈ, ਪਰ ਗੁਰੂ ਤੇ ਰਾਜਾਨ ਰਾਜ ਪਾਨਾਨ ਪਾਨ ਹੈ ਜਾਪ ਸਾਹਿਬ। ਗੁਰੂ ਤਾਂ ਰਾਜਿਆਂ ਨੂੰ ਰਾਜ ਬਖਸ਼ਣ ਵਾਲਾ, ਮਹਾਰਾਜਿਆਂ ਨੂੰ ਮਹਾਰਾਜਗੀਆਂ ਬਖਸ਼ਣ ਵਾਲਾ ਹੈ। ਆਪਣੇ ਤੋਂ ਵੱਡਾ ਸਮਝ ਕੇ ਡੱਲਾ ਸਰਦਾਰ ਹਜ਼ੂਰ ਦੇ ਪਲੰਘੇ ਦੇ ਨੀਚੇ ਲੇਟਦਾ ਹੈ, ਆਰਾਮ ਕਰਦਾ ਹੈ, ਬੈਠਦਾ ਹੈ। ਜਾਂ ਫਿਰ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਮਿਲਦਾ ਹੈ ਕਿ ਗੁਰੂ ਹੋ ਕੇ ਗੁਰੂ ਅਰਜਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਨੀਚੇ ਲੇਟਦੇ ਰਹੇ, ਆਰਾਮ ਕਰਦੇ ਰਹੇ। ਅੱਜ ਵੀ ਕੋਠਾ ਸਾਹਿਬ ਵਿੱਚ, ਜਿਸ ਦੇ ਸੰਬੰਧ ਵਿੱਚ ਬਹੁਤ ਵੱਡੀ ਵਿਅਕਤੀ ਨੇ, ਸ਼ਖਸੀਅਤ ਨੇ ਇਹ ਲਫ਼ਜ਼ ਕਹੇ ਸਨ, ਉਹਦਾ ਕੋਈ ਨੁਕਸਾਨ ਨਹੀਂ ਹੋਇਆ। ਹਜ਼ੂਰ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਹਰਿਮੰਦਰ ਸਾਹਿਬ ਵਿੱਚੋਂ ਤਸ਼ਰੀਫ ਲੈ ਜਾਂਦੇ ਨੇ, ਅੱਜ ਵੀ ਉਸ ਕੋਠਾ ਸਾਹਿਬ ਵਿੱਚ ਨਿਵਾਸ ਹੁੰਦਾ ਔਰ ਵੱਡੇ ਵੱਡੇ ਪਲੰਘਿਆਂ ਦੇ ਨੀਚੇ ਇੱਕ ਚਾਦਰ ਵਿਛੀ ਹੋਈ ਹੁੰਦੀ ਹੈ। ਵੱਡੇ ਵੱਡੇ ਪਲੰਘਿਆਂ ਦੇ ਨੀਚੇ ਉਹ ਅੱਜ ਵੀ ਚਾਦਰ ਵਿਛੀ ਹੁੰਦੀ ਹੈ, ਕਿਉਂਕਿ ਸਿੱਖ ਦੀ ਭਾਵਨਾ ਹੈ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਨੀਚੇ ਗੁਰੂ ਅਰਜਨ ਸਾਹਿਬ ਆਰਾਮ ਕਰਦੇ। ਤਾਂ ਕਿੱਡਾ ਵੱਡਾ ਗੁਰੂ ਹੈ! ਜਿਸ ਗੁਰੂ ਦੇ ਪਲੰਘੇ ਦੇ ਨੀਚੇ ਗੁਰੂ ਆਰਾਮ ਕਰਦਾ ਹੋਵੇ, ਤੇ ਕੁਝ ਲੋਕ ਇਹ ਗੱਲ ਆਖਣ ਜੀ ਸਾਨੂੰ ਤਾਂ ਅਸਲ ਗੁਰੂ ਹੁਣ ਲੱਭਾ, ਪਰ ਉਸ ਗੁਰੂ ਨੂੰ ਕਹੋ ਗੁਰੂ ਅਰਜਨ ਦੇਵ ਜੀ ਦੀ ਬਾਣੀ ਛੱਡ ਦੇਵੇ, ਹੋਰ ਕੋਈ ਚੀਜ਼ ਕਹੇ ਕਹਾਏ, ਫਿਰ ਦੇਖਾਂਗੇ ਕਿਤਨੀ ਕਮਾਨਤਾ ਹੁੰਦੀ ਹੈ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਫਿਰ ਲੋਕਾਂ ਨੂੰ ਕਹਿਣਾ ਕਿ ਗੁਰਦੁਆਰੇ ਨਾ ਜਾਣਾ, ਫਿਰ ਲੋਕਾਂ ਨੂੰ ਕਹਿਣਾ ਕਿ ਗੁਰਦੁਆਰੇ ਨਹੀਂ ਜਾਈਦਾ, ਉੱਥੇ ਤੇ ਲੜਾਈਆਂ ਹੁੰਦੀਆਂ ਨੇ, ਪਰ ਇਹਨਾਂ ਸੰਸਥਾਵਾਂ ਵਿੱਚ ਨਹੀਂ ਲੜਾਈਆਂ ਹੁੰਦੀਆਂ। ਪਿਆਲਾ ਖੋ ਸ੍ਰੀ ਵਿਆਸਾ ਵਾਲਿਆਂ ਦੇ ਕਿੰਨੇ ਗਰੁੱਪ ਬਣੇ ਨੇ, ਉਹਨਾਂ ਗਰੁੱਪਾਂ ਵਿੱਚੋਂ ਗਾਂ ਕਿਤਨੇ ਗਰੁੱਪ ਬਣੇ ਨੇ, ਤਿੰਨ ਚਾਰ ਗਰੁੱਪ ਤਾਂ ਸਾਡੇ ਦਿੱਲੀ ਵਿੱਚ ਹੀ ਨੇ ਜਿਹੜੇ ਅਸਲੀ ਹੋਣ ਦਾ ਦਾਅਵਾ ਕਰਦੇ ਨੇ। ਚੱਲਣਾ ਖੋ ਸ੍ਰੀ ਵਾ। ਤਾਂ ਬੇਨਤੀ ਕੀਤੀ ਜਾ ਰਹੀ ਸੀ, ਪੜ੍ਹਨਾ ਹੈ ਪੰਕਤੀ, ਜਿਸ ਸੰਬੰਧ ਵਿੱਚ ਅਰਜ਼ ਕਰ ਰਹੇ ਹਾਂ, ਬੇਨਤੀ ਕਰ ਰਹੇ ਹਾਂ ਜੀ। ਹੋਰ ਮਤਾਂ ਨੂੰ ਫੁੱਲ ਦਰ ਹੁੰਦਾ, ਫੇਰ ਹੋਰ ਮਤਾਂ ਨੂੰ ਚੁੱਕਣਗੇ, ਉਠਾਣਗੇ, ਸਾਬਤ ਕਰਨਗੇ। ਲੋਕ ਕੋਸ਼ਿਸ਼ ਨਹੀਂ ਕਰਦੇ, ਯਤਨ ਨਹੀਂ ਕਰਦੇ। ਇਹਨਾਂ ਮੁਲਕਾਂ ਵਿੱਚ ਵੀ ਅਖਬਾਰਾਂ ਵਿੱਚ ਕਿਤਨੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਸਾਧੂਆਂ ਦੀ, ਮਹਾਤਮਾਵਾਂ ਦੀ। ਉਹ ਬੜੇ ਪਹੁੰਚੇ ਹੋਏ ਨੇ, ਬੜੇ ਮਹਾਨ ਨੇ, ਪਰ ਆਖਿਰ ਉਹ ਗੁਰਦੁਆਰੇ ਆਉਣ ਤੋਂ ਕਿਉਂ ਡਰਦੇ ਨੇ? ਚੱਲ ਖੋ ਸ੍ਰੀ ਵਾ। ਐਸੇ ਲੋਕ ਆਪਣੀ ਵੱਖਰੀ ਦਫ਼ ਕਿਉਂ ਵਜਾਉਂਦੇ ਨੇ? ਆਪਣੀ ਵੱਖਰਾ ਪ੍ਰੋਗਰਾਮ ਕਿਉਂ ਕਰਦੇ ਨੇ? ਕਿਸੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਕੇ ਗੁਰੂ ਕਾ ਸ਼ਬਦ ਕੀਰਤਨ ਕਰਨ ਤੋਂ ਕੋਈ ਰੁਕਾਵਟ ਹੈ? ਬਸ਼ਰਤੇ ਉਹ ਗੁਰਮਤਿ ਦੇ ਮਾਰਗ ਤੇ ਚੱਲਦਾ ਹੋਵੇ। ਚੱਲ ਖੋ ਸ੍ਰੀ ਵਾ।
ਅਸੀਂ ਵੱਡੇ ਮਹਾਂਪੁਰਸ਼ਾਂ ਦੇ ਸਮੇਂ ਦੇਖਿਆ, ਛੋਟਿਆਂ ਮਹਾਂਪੁਰਸ਼ਾਂ ਦੇ ਸਮੇਂ ਵੀ ਦੇਖਿਆ। ਜਦੋਂ ਅਸੀਂ ਧਾਰਮਿਕ ਅਸਥਾਨਾਂ ਤੇ ਜਾਂਦੇ ਸਨ ਉੱਥੇ ਹਾਜ਼ਰੀ ਭਰਨੀ, ਜੇ ਨਾ ਵੀ ਸਮਾਂ ਮਿਲਣਾ ਕਿਸੇ ਨੇ ਨਾ ਵੀ ਪਹਿਚਾਨਣਾ ਤਾਂ ਉੱਥੇ ਬੈਠ ਕੇ ਆਪ ਖੁਦ ਸਰਵਣ ਕਰਨਾ। ਇੱਕ ਵਾਰੀ ਦਿੱਲੀ ਗਏ, ਮੈਂ ਉਦੋਂ ਥੋੜੀ ਟਾਈਮ ਹੀ ਹੋਇਆ ਸੀ ਗਿਆ ਨੂੰ, ਕਲਕੱਤੇ ਜਾਣਾ ਸੀ। ਆਪਣੇ ਨਾਲ ਪੰਜ ਸੱਤ ਸਿੰਘਾਂ ਦੀ ਬਜਾਏ ਕਹਿਣ ਲੱਗੇ ਸਿਰਫ ਮੇਰੇ ਨਾਲ ਇੱਕ ਸਿੰਘ ਹੀ ਚੱਲੇ। ਕਹਿਣ ਲੱਗੇ ਇੱਥੇ ਧਰਮ ਰੱਖੀਏ, ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਲੈਣ ਵਾਸਤੇ ਆਏ ਆ, ਨਾ ਕਿ ਉਹ ਬਾਈ ਗੁਰੂਆਂ ਵਾਂਗ ਆਪਣਾ ਆਪ ਜਨਾਉਣ ਵਾਸਤੇ ਆਏ ਆ। ਵਿਦਿਆਰਥੀਆਂ ਨੂੰ ਵੀ ਇਹ ਹਦਾਇਤ ਕਰ ਦਿੱਤੀ ਵੀ ਕੋਈ ਇਹ ਨਾ ਆਖੇ ਵੀ ਇਹ ਪਿੰਡਰਾਂ ਵਾਲੇ ਮਹਾਂਪੁਰਸ਼ ਜਾ ਰਹੇ ਨੇ ਜਾਂ ਪਿੰਡਰਾਂ ਵਾਲੇ ਆਏ ਹੋਏ ਨੇ, ਕੀ ਮਦਾਲੇ ਕਿਸੇ ਪਾਸੇ ਪਾਸ ਨਾਮ ਵੀ ਲੈ ਦੇਣਾ। ਪਹਿਲਾ ਖੋ ਸ੍ਰੀ ਵਾਹ, ਜਦੋਂ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਮਿਲਣ ਵਾਸਤੇ ਆਉਂਦੇ ਸਨ ਤਾਂ ਆਪ ਮੰਜੇ ਤੋਂ ਉੱਠ ਕੇ ਆਪਣਾ ਮੰਜਾ ਉਹਨਾਂ ਨੂੰ ਪੇਸ਼ ਕਰਦੇ ਸਨ। ਕਿਉਂ ਕਿ ਤੁਸੀਂ ਬਾਬਾ ਬੁੱਢਾ ਜੀ ਦੀ ਪਦਵੀ ਉੱਪਰ ਹੋ ਔਰ ਮੇਰੇ ਨਾਲੋਂ ਬਹੁਤ ਵੱਡੇ ਹੋ, ਆਪਣਾ ਪਲੰਘਾ ਛੱਡ ਦੇਣਾ ਔਰ ਉਹਨਾਂ ਨੂੰ ਪਲੰਘੇ ਉੱਪਰ ਬੈਠਾ ਦੇਣਾ। ਕਈਆਂ ਨੇ ਸਤਿਕਾਰ ਰੱਖ ਦੇਣਾ, ਕਹਿਣਾ ਨਹੀਂ ਤਾਂ ਫਿਰ ਆਪ ਨੀਚੇ ਬੈਠ ਜਾਣਾ ਔਰ ਬਾਕੀਆਂ ਨੇ ਵੀ ਬਰੋਬਰ ਤੇ ਬੈਠ ਜਾਣਾ। ਪਹਿਲਾਂ ਖੋ ਸ੍ਰੀ ਵਾਹ, ਇੱਕ ਤਹਿਜ਼ੀਬ ਸੀ ਜੋ ਸਿਖਾਉਂਦੇ ਸਨ ਕਿ ਗੁਰੂ ਕੇ ਗ੍ਰੰਥੀਆਂ ਦਾ ਕਿਸ ਤਰ੍ਹਾਂ ਸਤਿਕਾਰ ਕਰਨਾ ਹੈ, ਗੁਰੂ ਕੀ ਸੇਵਾ ਕਰਨ ਵਾਲਿਆਂ ਦਾ ਕਿਸ ਤਰ੍ਹਾਂ ਅਦਬ ਕਰਨਾ ਹੈ, ਬਸ ਇੰਨਾ ਹੀ ਫਰਕ ਹੈ। ਰਾਜਨੀਤਿਕ ਲੋਕ ਜਾਂ ਗੁਰਦੁਆਰਾ ਪ੍ਰਬੰਧ ਕਰਨ ਵਾਲੇ ਲੋਕ ਕੀਰਤਨੀਆਂ ਨੂੰ, ਗ੍ਰੰਥੀਆਂ ਨੂੰ, ਕਥਾਕਾਰਾਂ ਨੂੰ ਆਪਣੇ ਨੌਕਰ ਸਮਝਦੇ ਨੇ, ਮਗਰ ਮਹਾਂਪੁਰਸ਼ ਉਹਨਾਂ ਨੂੰ ਧੰਨ ਗੁਰੂ ਰਾਮਦਾਸ ਜੀ ਦੇ ਵਜ਼ੀਰ ਸਮਝ ਕੇ ਆਪ ਨੀਚੇ ਬੈਠ ਜਾਂਦੇ ਸਨ। ਪਹਿਲਾਂ ਖੋ ਸ੍ਰੀ ਵਾਹ, ਤਾਂ ਇਉਂ ਨਵੇਂ ਨਵੇਂ ਮਤਾਂ ਨੂੰ ਚੁੱਕਣਗੇ ਔਰ ਉਹਨਾਂ ਦਾ ਪ੍ਰਚਾਰ ਕਰਨਗੇ। ਉਹ ਜਿਹੜੇ ਮਤ ਨੇ ਮਤਨੰ ਗਠਨ, ਉਹ ਮਤ ਸੰਸਕ੍ਰਿਤ ਵਰਤ ਰਹੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਮਿਲਦੀਆਂ ਨੇ। ਉਹ ਤਾਂ ਮਿਸਟਰ ਟਰੰਪ ਦਾ ਵੀ ਇਹੀ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਅਣਗਿਣਤ ਭਾਸ਼ਾਵਾਂ ਦਾ ਖਜ਼ਾਨਾ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਵਿੱਚ ਫਾਰਸੀ ਮਿਲੇਗੀ, ਅਰਬੀ ਮਿਲੇਗੀ, ਗੂੜੀ ਸੰਸਕ੍ਰਿਤ ਮਿਲੇਗੀ, ਬ੍ਰਿਜ ਭਾਸ਼ਾ, ਕਿਉਂਕਿ ਹਜ਼ੂਰ ਦਾ ਬਚਪਨ ਬਿਹਾਰੀ ਭਾਸ਼ਾ ਬਿਹਾਰੀ ਪ੍ਰਾਂਤ ਵਿੱਚ ਸ਼ੁਰੂ ਹੋਇਆ ਹੈ ਔਰ ਬਚਪਨ ਵਿੱਚ ਹਜ਼ੂਰ ਕਈ ਵਾਰੀ ਪਿਓਰ ਬਿਹਾਰੀ ਬੋਲੀ ਬੋਲਦੇ ਸਨ ਤੇ ਕਿਤੇ ਕਿਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਵਿੱਚ ਵੀ ਜੂ ਸ਼ਬਦ ਦਾ ਵਰਣਨ ਕੀਤਾ ਹੈ। ਬਿਹਾਰ ਵਿੱਚ ਜੀ ਦੀ ਬਜਾਏ ਜੂ ਜ਼ਿਆਦਾ ਵਰਤਿਆ ਜਾਂਦਾ ਹੈ। ਇਸ ਵਾਸਤੇ ਪ੍ਰਭ ਜੂ ਤੋ ਕਹਿਲਾਜ ਹਮਾਰੀ ਦਸਮ ਗ੍ਰੰਥ, ਹੋਰ ਵੀ ਕਈ ਥਾਵਾਂ ਤੇ ਹਜ਼ੂਰ ਨੇ ਜੂ ਸ਼ਬਦ ਵਰਤਿਆ ਹੈ, ਇੱਥੇ ਵਰਣਨ ਕਰ ਰਹੇ ਨੇ ਪਿਓਰ ਸੰਸਕ੍ਰਿਤ ਦੇ ਲਫ਼ਜ਼ ਵਰਤ ਰਹੇ ਨੇ। ਮਤਨੰਗਤਨ ਕਹਿੰਦੇ ਨੇ ਜਿਹੜੇ ਉਹ ਮਤ ਧਰਮ ਹੋਣਗੇ ਉਹ ਬੜੀ ਜਲਦੀ ਇੱਕ ਦੋ ਦਿਨਾਂ ਵਿੱਚ ਗਤਨਾਸ਼ ਹੋ ਜਾਣਗੇ। ਧਰਮ ਫੋਕਣੋ ਸਭੈ, ਫਿਰ ਉਹੀ ਸ਼ਬਦ ਵਰਤ ਰਹੇ ਨੇ, ਧਰਮ ਫੋਕਣ ਸਭੈ, ਸਾਰੇ ਜਿਹੜੇ ਧਰਮ ਨੇ ਉਹ ਫੋਕਟ ਨੇ, ਫੋਕੇ ਨੇ, ਖਾਲੀ ਨੇ। ਇੱਕ ਕੇਵਲੰ ਕਲੰ ਕਹਿੰਦੇ ਨੇ, ਇੱਕ ਕੇਵਲੰ ਦਾ ਅਰਥ ਵੀ ਇੱਕੋ ਹੈ, ਕਹਿੰਦੇ ਨੇ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ, ਉਸ ਕਲਯੁਗ ਦੇ ਵਿੱਚ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕੋ ਇੱਕ ਕੇਵਲ, ਔਰ ਇੱਕ ਦਾ ਮਤਲਬ ਵੀ ਹੈ ਇੱਕੋ ਇੱਕ, ਇੱਕੋ ਇੱਕ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਲੰਗ ਦਾ ਅਰਥ ਹੈ ਕਲਯੁਗ ਦੇ ਵਿੱਚ ਸਾਰੇ ਧਰਮ ਨਿਸ਼ਫਲ ਨੇ, ਖਾਲੀ ਨੇ, ਫੋਕੇ ਹਨ। ਛੰਦ ਬੰਦ ਜਹਾਂ ਤਹਾਂ, ਜਿੱਥੇ ਤਿੱਥੇ ਦੇਖੋਗੇ ਲੋਕ ਛੰਦ ਬੰਦ ਅਰਥ ਹੈ ਛਲ ਵੱਲ, ਛਲ ਵੱਲ ਉਹ ਕਰਨਗੇ, ਕਪਟ ਕਰਨਗੇ। ਨਰ ਨਾਰ ਨਿਤ ਨਹੀਂ ਕਰੇ, ਇਹ ਕਹਿੰਦੇ ਨੇ ਇਸਤਰੀਆਂ ਪੁਰਸ਼ ਪਤਨੀ ਜਿਹੜੀ ਉਹ ਪਤੀ ਨਾਲ ਛਲ ਕਰ ਜਾਵੇਗੀ, ਆਪਣੇ ਪੈਸੇ ਜੇ ਪੇਕੇ ਜਾਣਾ, ਐਸੀਆਂ ਬੀਬੀਆਂ ਤੁਹਾਨੂੰ ਮਿਲਣਗੀਆਂ, ਜ਼ਰੂਰ ਮਿਲਣਗੀਆਂ, ਕਿ ਆਪਣੇ ਪੈਸੇ ਹੋਣੇ ਆਪਣੇ ਘਰ ਦੇ, ਜਦੋਂ ਆਪਣੇ ਪੇਕਿਓਂ ਜਾ ਕੇ ਆਉਣਾ, ਕਹਿਣਾ ਆਹ ਮੇਰੇ ਭਰਾਵਾਂ ਨੇ ਦਿੱਤੇ ਨੇ ਤੇ ਆਹ ਮੇਰੀ ਮਾਂ ਨੇ ਦਿੱਤੇ ਨੇ ਤੇ ਆਹ ਮੇਰੇ ਪਿਓ ਨੇ ਦਿੱਤੇ ਨੇ, ਕੱਪੜੇ ਆਪਣੇ ਕੋਲੋਂ ਬਣਾ ਕੇ ਲੈ ਜਾਣੇ ਔਰ ਇਹ ਕਹਿ ਦੇਣਾ
ਆਹ ਮੇਰੇ ਵੱਡੇ ਭਰਾ ਨੇ ਦਿੱਤਾ ਸੂਟ ਤੇ ਆਹ ਮੇਰੇ ਭਰਾ ਨੇ, ਸੋਨਾ ਇੱਥੋਂ ਲੈ ਜਾਣਾ, ਜੇਵਰ ਉੱਥੋਂ ਬਣਾ ਕੇ ਕਹਿ ਦੇਣਾ, ਆਹ ਮੈਨੂੰ ਭਤੀਜੇ ਦੇ ਵਿਆਹ ਤੇ ਹਾਰ ਪਾਇਆ ਮੇਰੇ ਭਰਾਵਾਂ ਨੇ। ਐਸੇ ਵੀ ਮਿਲਣਗੇ, ਇਹਨੂੰ ਕਹਿੰਦੇ ਨੇ ਛਲ ਕਰਨਾ। ਕਰਨਾ ਖੋ ਸ੍ਰੀ ਵਾਹਿਗੁਰੂ। ਤੁਸੀਂ ਵੀ ਇਹ ਮਹਿਸੂਸ ਕਰੋਗੇ ਵੀ ਭਾਈ ਸਾਹਿਬ ਕੈਸੀਆਂ ਬਾਤਾਂ ਕਰ ਰਿਹਾ। ਸਮਾਜ ਵਿੱਚ ਰਹਿੰਦੇ ਹਾਂ, ਸੰਸਾਰ ਵਿੱਚ ਰਹਿੰਦੇ ਹਾਂ, ਔਰ ਇਹ ਚੀਜ਼ਾਂ ਆਖਿਰ ਦੇਖਣ ਦਾ ਮੌਕਾ ਮਿਲਦਾ। ਕਈ ਘਰਾਂ ਵਿੱਚ ਪਰਿਵਾਰਕ ਅਸ਼ਾਂਤੀ ਦਾ ਕਾਰਨ ਕੁਝ ਇਹ ਵੀ ਬਣ ਜਾਂਦਾ। ਚੱਲਣਾ ਖੋ ਸ੍ਰੀ ਵਾਹਿਗੁਰੂ। ਐਸਾ ਵੀ ਵਿਚਾਰਧਾਰਾ ਚੱਲਦਾ ਹੈ, ਇੱਕ ਬੱਚੀ ਨੇ 40,000 ਰੁਪਏ ਦਾ ਆਪਣੇ ਪਤੀ ਨੂੰ ਕੋਈ ਹਿਸਾਬ ਕਿਤਾਬ ਨਾ ਦਿੱਤਾ, ਮਾਮਲਾ ਸਾਡੇ ਪਾਸ ਚਿਹਰੇ ਆ ਗਿਆ। ਉਸ ਬੱਚੀ ਨੂੰ ਜੇ ਪੁੱਛੀਏ ਵੀ ਤੂੰ ਖਰਚ ਕੀਤਾ, ਅਸੀਂ ਨਹੀਂ। ਕਿਸੇ ਨੂੰ ਦਿੱਤਾ, ਅਸੀਂ ਨਹੀਂ। ਗਵਾਚ ਗਿਆ, ਅਸੀਂ ਨਹੀਂ। ਮੈਂ ਕਿਹਾ ਫਿਰ ਉਹ ਗਿਆ ਆਖਿਰ ਕਿੱਧਰ ਗਿਆ? ਪਹਿਲਾਂ ਖੋ ਸ੍ਰੀ ਵਾਹਿਗੁਰੂ। ਮੁੰਡਾ ਵੀ ਤੇਜ ਨਿਕਲਿਆ, ਉਹਨੇ ਮਕਾਨ ਲੈਣਾ ਸੀ, ਮਕਾਨ ਲੈ ਕੇ ਸਹੁਰਿਆਂ ਤੋਂ ਕੁਝ ਲੈ ਕੇ ਉਧਾਰ, ਕਹਿੰਦਾ ਬਸ ਉਹ ਹਿਸਾਬ ਹੁਣ ਪੂਰਾ ਹੋ ਗਿਆ, ਜਿਹੜਾ ਮੇਰਾ ਪੈਸਾ ਗੁੰਮ ਹੋ ਗਿਆ ਸੀ ਨਾ, ਕਿਉਂ ਮੈਨੂੰ ਹੁਣ ਲੱਭ ਗਿਆ। ਪਹਿਲਾਂ ਖੋ ਸ੍ਰੀ ਵਾਹਿਗੁਰੂ। ਇਹ ਦਾ ਮਤਲਬ ਹੈ ਛਲ ਵੱਲ। ਫਿਰ ਪੜ੍ਹਨਾ ਮੰਤ ਜੀ, ਹਾਂਜੀ, ਸਾਰੀ ਪੰਕਤੀ ਪੜ੍ਹ ਦੇ। ਅਰਥ ਹੋਰ ਨਰ ਨਾਰ ਦਾ ਅਰਥ ਹੈ ਇਸਤਰੀ ਪੁਰਸ਼, ਸਾਰੇ ਇਸਤਰੀਆਂ ਪੁਰਸ਼ ਇੱਕ ਦੂਸਰੇ ਨਾਲ। ਤੁਸੀਂ ਦੱਸੋ ਜੇ ਪਤੀ ਪਤਨੀ ਇੱਕ ਦੂਸਰੇ ਨਾਲ ਧੋਖਾ ਕਰਨਗੇ ਤੇ ਇਤਬਾਰ ਕਿਹਦੇ ਤੇ ਕੀਤਾ ਜਾਵੇਗਾ? ਪਰ ਮਗਰ ਇਹ ਖਾਲੀ ਪੈਸੇ ਦੀ ਬਾਤ ਹੀ ਨਹੀਂ, ਜ਼ਿੰਦਗੀ ਜੋ ਬੜੀ ਕੀਮਤੀ ਏ, ਵਿਸ਼ਵਾਸ ਜੋ ਬੜਾ ਕੀਮਤੀ ਏ, ਲੋਕ ਤਾਂ ਉਹਦੇ ਵਿੱਚ ਵੀ ਛਲ ਵੱਲ ਕਰ ਜਾਂਦੇ ਨੇ। ਪਹਿਲਾਂ ਖੋ ਜਦੋਂ ਅੱਧੀ ਅੱਧੀ ਰਾਤ ਦੋ ਦੋ ਤਿੰਨ ਤਿੰਨ ਚਾਰ ਚਾਰ ਵਜੇ ਪਤੀ ਘਰ ਜਾਂਦੇ ਨੇ, ਜੇ ਕਿਤੇ ਪਤਨੀ ਪੁੱਛ ਲਵੇ ਕਿੱਥੋਂ, ਬਸ ਐਵੇਂ ਪੱਬ ਚ ਬੈਠਾ ਆਇਆ ਸਾਂ, ਤੂੰ ਵਹਿਮ ਨਾ ਕਰ। ਇਹੀ ਚੱਲਦਾ, ਇਹੀਆਂ ਬਾਤਾਂ ਚੱਲਦੀਆਂ ਨੇ। ਫਿਰ ਪੜ੍ਹਨਾ ਜੀ, ਚੰਦ ਬੰਦ ਜਾਤਾ। ਹਾਂਜੀ, ਨਰ ਨਾਰ, ਨਰ ਨਾਰ ਨਿਤ ਨਹੀਂ ਕਰੇ, ਨਿਤਾ ਪ੍ਰਤੀ ਛਲ ਵੱਲ ਕਪਟ ਧੋਖਾ। ਕਹਿੰਦੇ ਨੇ ਇਸਤਰੀਆਂ ਪੁਰਸ਼ ਇੱਕ ਦੂਸਰੇ ਨਾਲ ਰੋਜ਼ ਨਵੇਂ ਨਵੇਂ ਕਰਨਗੇ, ਕਿਉਂਕਿ ਇੱਕ ਦਿਨ ਦੋ ਦਿਨ ਛਲ ਚੱਲੇਗਾ, ਇੱਕ ਕਪਟ ਦੋ ਚਾਰ ਦਿਨ ਚੱਲੇਗਾ, ਫਿਰ ਨਵਾਂ ਤਰੀਕਾ ਲੱਭ ਲੈਣਗੇ, ਕੋਈ ਹੋਰ ਰਸਤਾ ਅਪਣਾ ਲੈਣਗੇ। ਇਸਤਰੀ ਪੁਰਸ਼ ਇੱਕ ਦੂਸਰੇ ਨਾਲ ਨਿਤਾ ਪ੍ਰਤੀ ਹਮੇਸ਼ਾ ਨਵੇਂ ਨਵੇਂ ਛਲ ਵੱਲ ਕਪਟ ਕਰਨਗੇ, ਨਵੇਂ ਨਵੇਂ ਧੋਖਾ ਧੋਖੇ ਕਰਨਗੇ। ਹੁਣ ਜੰਤਰ ਮੰਤਰ ਜਹਾਂ ਤਹਾਂ। ਫਿਰ ਕਹਿੰਦੇ ਨੇ ਜੰਤਰ ਕਰਨੇ ਔਰ ਮੰਤਰ ਕਰਨੇ। ਮੰਤਰ ਕਹਿੰਦੇ ਨੇ ਕੁਝ ਕਲਾਮ ਪੜ੍ਹ ਲੈਣਾ। ਇੱਕ ਵਾਰੀ ਇੱਕ ਬਜ਼ੁਰਗ ਪੁੱਛੇ, ਕਾਕਾ ਤੂੰ ਕਾਲਾ ਇਲਮ ਜਾਣਦਾ? ਮੈਂ ਕਿਹਾ ਮਾਤਾ, ਸਾਰੇ ਦੁਨੀਆਂ ਪਰਦੇ ਇਲਮ ਕਾਲੇ ਹੀ ਨੇ, ਅਸੀਂ ਨਹੀਂ। ਮੈਂ ਜਿਹੜਾ ਪੁੱਛਦੀ ਹਾਂ ਉਹਦੀ ਗੱਲ ਦੱਸ। ਮੈਂ ਕਿਹਾ ਮਾਤਾ, ਮੈਨੂੰ ਤੇ ਕਿਸੇ ਖਾਸ ਕਾਲੇ ਇਲਮ ਦਾ ਪਤਾ ਨਹੀਂ, ਮੈਂ ਤੇ ਇੰਨਾ ਹੀ ਜਾਣਦਾ ਹਾਂ ਵੀ ਅੰਗਰੇਜ਼ੀ ਦੇ ਜੇ ਅੱਖਰ ਲਿਖੇ ਜਾਂਦੇ ਨੇ ਤੇ ਸਿਆਹੀ ਕਾਲੀ ਹੁੰਦੀ ਸੀ, ਹੁਣ ਭਾਵੇਂ ਪਿੰਨਾਂ ਵਿੱਚ ਰੰਗ ਬਿਰੰਗੀ ਹੋ ਜਾਵੇ। ਜੇ ਗੁਰਮੁਖੀ ਲਿਖੀ ਜਾਂਦੀ ਸੀ ਤਾਂ ਪਹਿਲਾਂ ਉਸੇ ਇੰਕਪੋਟ ਹੁੰਦੇ ਸਨ, ਦੁਆਤਾਂ ਹੁੰਦੀਆਂ ਸਨ, ਉਹਦੇ ਵਿੱਚ ਮੋਟੀ ਮੋਟੀ ਸਿਆਹੀ ਪਾਣੀ, ਥੋੜਾ ਜਿਹਾ ਕੱਪੜਾ ਪਾਉਣਾ, ਪਾਣੀ ਪਾਉਣਾ, ਦੋ ਦਿਨ ਪਹਿਲਾਂ ਹੀ ਉਹਨੂੰ ਰੱਖ ਦੇਣਾ। ਮੁੜ ਕੇ ਕਾਨੇ ਦੀ ਘੜਨੀ ਕਲਮ, ਜੇ ਠੀਕ ਘੜੀ ਗਈ, ਪਤਲੀ ਘੜੀ ਗਈ ਤਾਂ ਵਾਹ ਭਲਾ, ਜੇ ਮੋਟੀ ਘੜੀ ਗਈ ਤੇ ਬਸ ਹਾਥੀ ਊਠ ਬਣ ਜਾਂਦੇ ਸਨ। ਮੈਂ ਕਿਹਾ ਗੁਰਮੁਖੀ ਵੀ ਕਾਲੇ ਅੱਖਰਾਂ ਵਿੱਚ ਹੈ, ਦੁਨੀਆਂ ਭਰ ਦੇ ਇਲਮ ਕਾਲੇ ਅੱਖਰਾਂ ਵਿੱਚ ਲਿਖੇ ਜਾਂਦੇ ਨੇ। ਅਸੀਂ ਨਹੀਂ ਕਾਕਾ, ਮੈਂ ਉਹ ਕਾਲਾ ਇਲਮ ਪੁੱਛਦੀ ਹਾਂ ਜਿਹੜਾ ਨਾ ਫਲਾਣਾ ਮੌਲਵੀ ਕਰ ਦਿੰਦਾ। ਮੈਂ ਕਿਹਾ ਉਹ ਤਾਂ ਤੂੰ ਕਿਸੇ ਮੌਲਵੀ ਪਾਸ ਜਾ ਕੇ ਕਰ ਸਕਦੀ ਹੈ। ਮੈਂ ਆਪਣੇ ਉਸਤਾਦ ਮੌਲਵੀ ਸਾਹਿਬ ਤੋਂ ਪੁੱਛਿਆ ਸੀ ਵੀ ਇਸਲਾਮ ਵਿੱਚ ਇਹ ਜਾਦੂ ਟੂਣੇ ਤਗਵੀਜ਼ ਕਰਨੇ ਜਾਇਜ਼ ਨੇ, ਤੇ ਉਹਨਾਂ ਦਾ ਜਵਾਬ ਸੀ, ਕਾਕਾ ਉਹ ਮੌਲਵੀ ਜਾਂ ਉਹ ਮੁਸਲਮਾਨ ਨਹੀਂ, ਕਾਫਰ ਹੈ ਜਿਹੜਾ ਖੁਦਾ ਦੇ ਕਲਾਮ ਨੂੰ ਕਿਸੇ ਦਾ ਨੁਕਸਾਨ ਕਰਨ ਵਾਸਤੇ ਵਰਤਦਾ ਹੋਵੇ। ਇਸਲਾਮ ਵਿੱਚ ਵੀ ਇਹਨਾਂ ਦੀ ਇਜਾਜ਼ਤ ਨਹੀਂ, ਮਗਰ ਸਾਡੀਆਂ ਬੱਚੀਆਂ ਸਾਡੀਆਂ ਮਾਤਾਵਾਂ ਇਸ ਪਾਸੇ ਦੌੜਦੀਆਂ ਨੇ ਕਿ ਸ਼ਾਇਦ ਕਾਲਾ ਇਲਮ ਕੁਝ ਕਰ ਦਿੰਦਾ। ਪਰ ਸ਼ਰਧਾ ਨਾਲ ਜਪਜੀ ਸਾਹਿਬ ਦਾ ਪਾਠ ਕਰੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਸ ਤੋਂ ਵੱਡਾ ਹੋਰ ਕੋਈ ਕਾਲਾ ਕਲਾਮ ਨਹੀਂ, ਕਾਲਾ ਇਲਮ ਹੋਰ ਕੋਈ ਨਹੀਂ।
ਬਾਕੀ ਜੇ ਧੱਕੇ ਖਾਣੇ ਦਰ ਦਰ ਤੇ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਹੈ। ਜੰਤਰ ਮੰਤਰ, ਮੰਤਰ ਉਹ ਜਿਹੜਾ ਬੋਲ ਕੇ ਜਪਿਆ ਜਾਂਦਾ ਉਹਨੂੰ ਕਹਿੰਦੇ ਨੇ ਮੰਤਰ। ਤੇ ਦੂਸਰੇ ਪਾਸੇ ਮੰਤਰ, ਸ਼ੇਖ ਫਰੀਦ ਸਾਹਿਬ ਦੀ ਪਾਸ ਵੀ ਇੱਕ ਬੱਚੀ ਆਈ ਸੀ, ਉਹ ਬੜੀ ਤੇਜ਼, ਬੜੀ ਤੇਜ਼ ਤਰਾਰ। ਜੇ ਪਤੀ ਨੇ ਇੱਕ ਗੱਲ ਕਹਿਣੀ ਉਹਨੇ 10 ਸੁਣਾ ਦੇਣੀ ਹੈ, ਜੇ ਸੱਸ ਨੇ ਕਿਤੇ ਮੱਤ ਵੀ ਦੇਣੀ ਤੇ ਉਹਨੇ ਅੱਗੋਂ 20 ਸੁਣਾਉਣੀ ਹੈ। ਲੈ ਤੁਹਾਡੀ ਮਾਂ ਤਾਂ ਅਖੇ ਲੈਕਚਰ ਦਿੰਦੀ ਹੈ, ਤੁਹਾਡੀ ਮਾਂ ਤੇ ਉਪਦੇਸ਼ ਦਿੰਦੀ, ਮੈਂ ਉੱਥੇ ਜਾਵਾਂ ਤੇ ਕਿਸ ਵਾਸਤੇ ਜਾਵਾਂ। ਉਹ ਸ਼ੇਖ ਫਰੀਦ ਸਾਹਿਬ ਪਾਸ ਆ ਗਈ, ਆ ਕੇ ਦੁਆ ਸਲਾਮ ਕੀਤੀ। ਸ਼ੇਖ ਨੇ ਪੁੱਛਿਆ, ਆਓ ਬੇਟੇ ਕਿਸ ਤਰ੍ਹਾਂ ਆਏ ਹੋ? ਅਖੇ ਜੀ ਬਸ ਮੈਨੂੰ ਕੋਈ ਤਾਵੀਜ਼ ਕਰਕੇ ਦੇ ਦਿਓ, ਬਸ ਐਸਾ ਤਾਵੀਜ਼ ਕਿ ਮੇਰੇ ਸਾਹਮਣੇ ਕੋਈ ਨਾ ਬੋਲੇ, ਮੇਰੇ ਸਾਹਮਣੇ ਕੋਈ ਬੋਲੇ ਨਾ, ਕੋਈ ਉੱਚਾ ਸਾਹ ਨਾ ਲੈ। ਸ਼ੇਖ ਫਰੀਦ ਸਾਹਿਬ ਸਮਝ ਕੇ ਕਹਿਣ ਲੱਗੇ, ਪੁੱਤਰ ਲਿਖ ਦਿੰਦੇ ਆ, ਜ਼ਰੂਰ ਤੈਨੂੰ ਲਿਖ ਕੇ ਦੇਣਾ, ਔਰ ਉਹ ਤਾਵੀਜ਼ ਦੇਵਾਂਗੇ ਕਿ ਕੋਈ ਨਾ ਤੇਰੀ ਸੱਸ ਬੋਲੇ, ਨਾ ਤੇਰਾ ਪਤੀ, ਨਾ ਸਹੁਰਾ, ਕੋਈ ਨੀ ਬੋਲੇ। ਉਹਨਾਂ ਨੇ ਐਵੇਂ ਕਿਹਾ, ਜ਼ਰਾ ਬਾਹਰ ਬੈਠੋ, ਅਸੀਂ ਇੱਥੇ ਲਿਖ ਦਿੰਦੇ ਹਾਂ। ਉਹਨਾਂ ਲਿਖਣਾ ਕੀ ਸੀ? ਇਹ ਛੋਟਾ ਜਿਹਾ ਕੱਪੜੇ ਦਾ ਟੁਕੜਾ ਲਪੇਟ ਕੇ ਤੇ ਕਹਿਣ ਲੱਗੇ, ਬਸ ਇਹਨੂੰ ਤਾਂਬੇ ਦੇ ਵਿੱਚ ਮੜਾ ਲੈਣਾ ਜਾਂ ਸੋਨੇ ਵਿੱਚ, ਜਿੰਨੀ ਤੇਰੀ ਵਿੱਤ ਹੈ। ਤੇ ਇਹ ਬਸ ਜਦੋਂ ਤੂੰ ਘਰ ਜਾਣਾ, ਜਦੋਂ ਤੇਰੀ ਸੱਸ ਸਾਹਮਣੇ ਆਵੇ ਦੰਦਾਂ ਦੇ ਨੀਚੇ ਲੈ ਲੈਣਾ, ਜਦੋਂ ਤੇਰਾ ਪਤੀ ਆਵੇ ਦੰਦਾਂ ਦੇ ਨੀਚੇ ਲੈ ਲੈਣਾ। ਉਹਨੇ ਕਿਹਾ, ਠੀਕ, ਬਸ ਤੇਰੇ ਦਾ ਅਸਰ ਹੋਵੇਗਾ, ਕੀ ਮਿਸਾਲ ਹੈ, ਤੇਰੇ ਸਾਹਮਣੇ ਕੋਈ ਬੋਲ ਜਾਵੇ। ਉਹ ਲੈ ਗਈ ਤਾਵੀਜ਼, ਬੜੀ ਖੁਸ਼, ਬਹੁਤ ਪ੍ਰਸੰਨ ਵੀ ਸ਼ੇਖ ਫਰੀਦ ਨੇ ਤਾਵੀਜ਼ ਦੇ ਦਿੱਤਾ। ਸ਼ੁੱਧ ਲਫ਼ਜ਼ ਹੈ ਤਾਵੀਜ਼। ਕਹਿੰਦੇ ਉਹ ਬੜੀ ਖੁਸ਼ ਕਿ ਮੈਂ ਤਾਵੀਜ਼ ਲਿਆਂਦਾ, ਮੈਨੂੰ ਮੰਤਰ ਦੇ ਦਿੱਤਾ, ਜੰਤਰ ਦੇ ਦਿੱਤਾ ਸ਼ੇਖ ਸਾਹਿਬ ਨੇ। ਬਸ ਜਿਸ ਵੇਲੇ ਘਰ ਗਈ, ਸੱਸ ਨੇ ਪੁੱਛਣਾ ਹੀ ਸੀ ਵੀ ਕਿੱਥੋਂ ਆਈ ਹੈ, ਉਹਨੇ ਮੂੰਹ ਚ ਪਾਇਆ ਸੀ ਦੰਦਾਂ ਦੇ ਨੀਚੇ ਰੱਖਿਆ ਹੋਇਆ ਤਾਵੀਜ਼। ਸੱਸ ਨੇ ਪੁੱਛਿਆ, ਪੁੱਤਰ ਕਿੱਥੋਂ ਆਈ ਬੋਲ? ਉਹ ਡਰ ਸੀ ਨਾ ਵੀ ਜੇ ਮੂੰਹ ਖੋਲਿਆ ਬੋਲਾਂਗੇ ਦੰਦ ਖੁੱਲਣਗੇ ਔਰ ਉਹ ਤਾਵੀਜ਼ ਨੀਚੇ ਗਿਰ ਜਾਵੇਗਾ, ਇਸ ਲਈ ਉਹ ਬੋਲੀ ਕੋਈ ਨਾ, ਬਸ ਚੁੱਪ ਗੁੜਪਣ ਮੁਗਦਨ ਲੁੱਟਣ। ਇਸ ਤਰੀਕੇ ਨਾਲ ਉਹ ਚੁੱਪ, ਜੇ ਪਤੀ ਆਇਆ ਰੋਟੀ ਤਿਆਰ ਹੈ, ਉਹਨੇ ਜਵਾਬ ਤਾਂ ਕੋਈ ਨੀ ਦਿੱਤਾ। ਪਹਿਲਾਂ ਤੇ ਕਹਿੰਦੇ ਹੁੰਦੇ ਸੀ ਤੇਰੇ ਹੱਥ ਟੁੱਟੇ ਹੋਏ ਨੇ, ਤੇਰੇ ਹੱਥ ਨਹੀਂ ਹਨ, ਪਰ ਅੱਜ ਤਾਂ ਜਵਾਬ ਨਹੀਂ ਮਿਲਿਆ ਕੁਛ ਵੀ, ਬਸ ਥਾਲੀ ਚ ਰੋਟ ਪ੍ਰਸ਼ਾਦਾ ਪਾਇਆ ਅੱਗੇ ਰੱਖ ਦਿੱਤਾ। ਪਤੀ ਕਹਿੰਦਾ ਲੱਗਦਾ ਅੱਜ ਕਿਸੇ ਸੰਤ ਨੇ ਮੰਤਰ ਕਰ ਦਿੱਤਾ, ਅੱਜ ਕਿਤੇ ਮਾਨਸ ਕਿਸੇ ਤੀਰਥ ਯਾਤਰਾ ਤੇ ਇਸ਼ਨਾਨ ਕਰ ਆਏ ਹੋ, ਅੱਜ ਤਾਂ ਬੇ ਸ਼ੁਕਰ ਹੈ ਵਾਹਿਗੁਰੂ ਦਾ, ਇਹ ਰਿਸ਼ਤਾ ਐਸਾ ਹੈ ਪ੍ਰਸ਼ਾਦਾ ਮਿਲ ਜਾਵੇ। ਤੋ ਬੇਨਤੀ ਕਰ ਰਿਹਾ ਸਾਂ, ਪਤੀ ਨੇ ਪੁੱਛਿਆ ਵੀ ਪ੍ਰਸ਼ਾਦਾ ਤਿਆਰ ਹੈ, ਜਵਾਬ ਕੋਈ ਨੀ ਦਿੱਤਾ। ਸੱਸ ਨੇ ਜਦੋਂ ਪੁੱਛਿਆ ਸੀ ਕੋਈ ਜਵਾਬ ਨੀ ਦਿੱਤਾ, ਦੇਖਣਾ ਕੀ ਸੀ? ਦੋ ਚਾਰ ਦਿਨਾਂ ਵਿੱਚ ਜਿਸ ਘਰ ਵਿੱਚ ਕਲੇ ਰਹਿੰਦੀ ਸੀ, ਤੁਸੀਂ ਕਦੇ ਨਹੀਂ ਸੁਣਿਆ ਪੰਜਾਬੀਆਂ ਦੀ ਕਹਾਵਤ, ਕਲੇ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਜਿਸ ਘਰ ਵਿੱਚ ਕਲੇਸ਼ ਹੁੰਦਾ ਉਸ ਘਰ ਵਿੱਚ ਪੀਣ ਨੂੰ ਪਾਣੀ ਨਹੀਂ ਮਿਲਦਾ, ਹੋਰ ਬਰਕਤ ਕੀ ਆਵੇਗੀ? ਇਸ ਲਈ ਪਰਿਵਾਰਕ ਜੀਵਨ ਵਿੱਚ ਜਿਤਨਾ ਇਤਫਾਕ ਹੋਵੇ, ਪਿਆਰ ਹੋਵੇ, ਸਤਿਕਾਰ ਹੋਵੇ, ਉਤਨੀ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਕਹਿੰਦੇ ਜਦੋਂ ਤਿੰਨ ਚਾਰ ਦਿਨ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ, ਨਾ ਪਤੀ ਨਾਲ ਲੜਾਈ, ਨਾ ਸੱਸ ਨਾਲ ਲੜਾਈ, ਨਾ ਸਹੁਰੇ ਨਾਲ ਲੜਾਈ, ਲੜਾਈ ਸਮਾਪਤ ਹੋ ਗਈ, ਬੜੀ ਖੁਸ਼। ਸ਼ੇਖ ਫਰੀਦ ਸਾਹਿਬ ਪਾਸ ਗਈ, ਸ਼ੇਖ ਸਾਹਿਬ ਕਮਾਲ ਕਰ ਦਿੱਤਾ ਤੁਹਾਡੇ ਤਾਵੀਜ਼ ਨੇ। ਕਹਿਣ ਲੱਗੇ, ਪੁੱਤਰ ਕੀ? ਬਸ ਕੋਈ ਨਹੀਂ ਬੋਲਦਾ, ਨਾ ਸੱਸ ਬੋਲਦੀ ਏ, ਨਾ ਸਹੁਰਾ ਬੋਲਦਾ, ਨਾ ਪਤੀ ਦੇਹ ਬੋਲਦੇ ਨੇ, ਘਰ ਵਿੱਚ ਬੜੀ ਸ਼ਾਂਤੀ ਹੋ ਗਈ ਏ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਵਾਸਤੇ ਆਈ ਹਾਂ। ਤਾਂ ਸ਼ੇਖ ਫਰੀਦ ਸਾਹਿਬ ਕਹਿਣ ਲੱਗੇ, ਪੁੱਤਰ ਤੂੰ ਸਮਝ ਲਿਆ, ਤਾਵੀਜ਼ ਦਾ ਅਸਰ ਹੋ ਗਿਆ। ਕਹਿਣ ਲੱਗੇ ਤਾਂ ਫਿਰ ਸ਼ੇਖ ਫਰੀਦ ਸਾਹਿਬ, ਕਿਉਂਕਿ ਮਹਾਨ ਸ਼ਖਸੀਅਤਾਂ ਕਿਸੇ ਨੂੰ ਗੁੰਮਰਾਹ ਨਹੀਂ ਕਰਦੀਆਂ, ਭੁਲੇਖੇ ਵਿੱਚ ਨਹੀਂ ਰੱਖਦੀਆਂ,
ਉਹ ਕਹਿਣ ਲੱਗੇ, ਪੁੱਤਰ ਮੈਂ ਕੋਈ ਤਾਵੀਜ਼ ਨਹੀਂ ਸੀ ਦਿੱਤਾ, ਆਹ ਤਵੀ ਤੈਨੂੰ ਹੁਣ ਦੱਸਦਾ ਹਾਂ। ਨਿਮਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਸਲੋਕ ਸੇਖ ਫਰੀਦ ਕੇ ਕਹਿਣ ਲੱਗੇ, ਪੁੱਤਰ ਉਹ ਸਧਾਰਨ ਕੱਪੜੇ ਦਾ ਟੁਕੜਾ ਸੀ, ਮੈਂ ਤੈਨੂੰ ਦੰਦਾਂ ਦੇ ਨੀਚੇ ਰੱਖਣ ਵਾਸਤੇ ਕਿਹਾ ਸੀ ਕਿ ਜੇ ਤੂੰ ਜਵਾਬ ਨਹੀਂ ਦੇਵੇਂਗੇ ਤੇ ਕਿਸੇ ਦਾ ਸਿਰ ਫਿਰਿਆ ਹੋਇਆ ਤੇ ਬੋਲੀ ਜਾਵੇ। ਲੜਾਈ ਤੇ ਤਾਂ ਸ਼ੁਰੂ ਹੁੰਦੀ ਏ ਜਦੋਂ ਇੱਕ ਕੋਈ ਗੱਲ ਕਹੇ ਤੇ ਅੱਗੋਂ ਉਹਦਾ 10 ਜਵਾਬ ਦੇ ਦਿੱਤਾ ਜਾਵੇ। ਇਸ ਵਾਸਤੇ ਕਹਿੰਦੇ ਨੇ ਜੰਤਰ ਜਿਹੜਾ ਲਿਖ ਕੇ ਦਿੱਤਾ ਜਾਵੇ, ਕੁਝ ਟੂਣਾ ਕੀਤਾ ਜਾਵੇ, ਮੰਤਰ ਉਹ ਜਿਹੜਾ ਕੁਝ ਜ਼ੁਬਾਨ ਤੋਂ ਪੜਿਆ ਜਾਵੇ, ਜੰਤਰ ਉਹ 3-4 ਚੀਜ਼ਾਂ, ਕਿਤੇ ਤੇਲ ਪਾ ਦਿਓ, ਕਿਤੇ ਥੋੜੀ ਹਲਦੀ ਪਾ ਦਿਓ, ਕਿਤੇ ਉਹ ਹੋਰ ਹਨੂਮਾਨ ਦਾ ਰੰਗ ਜਿਹਾ ਬਣਾਉਣ ਵਾਸਤੇ ਪਾਉਂਦੇ ਨੇ ਸੰਧੂਰ ਪਾ ਦਿਓ, ਇਹਨੂੰ ਤੰਤਰ ਕਹਿ ਦਿੰਦੇ ਨੇ। ਇੱਥੇ ਹਜ਼ੂਰ ਵਰਣਨ ਕਰ ਰਹੇ ਨੇ ਜੀ, ਜਿੱਥੇ ਤਿੱਥੇ ਲੋਕ ਜੰਤਰ ਤੇ ਮੰਤਰ ਕਰਨਗੇ, ਲੋਕਾਂ ਦੇ ਮਨ ਵਿੱਚੋਂ ਧਰਮ ਦੀ ਭਾਵਨਾ ਸਮਾਪਤ ਹੋ ਜਾਵੇਗੀ, ਜੰਤਰੀ ਮੰਤਰੀ ਹੋ ਜਾਣਗੇ। ਨਹੀਂ ਤੰਤਰ ਲਾਤ ਕਛੂ ਡਰੈ, ਤੇ ਤੰਤਰਾਂ ਨੂੰ ਲਿਆਂਦਿਆਂ ਹੋਇਆਂ ਵੀ ਕਿਸੇ ਤਰੀਕੇ ਦੇ ਨਾਲ ਡਰਨਗੇ ਨਹੀਂ। ਤੰਤਰ ਉਹ ਜਿਹੜੇ ਆਮ ਤੌਰ ਤੇ ਬਾਂਹ ਮਾਰਗੀਏ ਕਰਦੇ ਸਨ, ਕਪਾਲਕ ਜਿਹੜੇ ਕਰਦੇ ਸਨ, ਉਹਨੂੰ ਤੰਤਰ ਕਹਿ ਜਾਂਦੇ ਨੇ। ਕਪਾਲਕ ਕੀ ਨੇ ਫਿਰ ਕਿਸੇ ਦਿਨ ਅਰਜ਼ ਕਰਾਂਗਾ। ਕਹਿੰਦੇ ਨੇ ਉਹਨਾਂ ਨੂੰ ਲਿਆਂਦਿਆਂ ਹੋਇਆਂ ਕੁਝ ਆਪਣੇ ਮਨ ਵਿੱਚ ਡਰਨਗੇ ਨਹੀਂ, ਮਨ ਵਿੱਚ ਸੰਕੋਚ ਨਹੀਂ ਕਰਨਗੇ। ਧਰਤ ਛਤਰ ਉਤਾਰ ਕੇ, ਕਹਿੰਦੇ ਨੇ ਧਰਤ ਛਤਰ ਉਤਾਰ ਕੇ, ਕਹਿੰਦੇ ਨੇ ਧਰਤੀ ਦਾ ਜਿਹੜਾ ਛਤਰੀ ਪੁਨਾ ਧਾਰਨ ਕੀਤਾ ਹੋਇਆ ਉਸਦੇ ਤਾਂ ਹੀ ਉਤਾਰ ਕੇ, ਰਣ ਸ਼ੋਰ ਛਤਰੀ ਭਾਜ ਹੈ, ਮੈਦਾਨੀ ਜੰਗ ਨੂੰ ਛੱਡ ਕੇ ਜਿਹੜੇ ਛਤਰੀ ਹੋਣਗੇ ਉਹ ਭੱਜ ਜਾਣਗੇ, ਡੁੰਬ ਦਬਾ ਕੇ ਦੌੜਨਗੇ, ਨੱਸਣਗੇ ਜਿਵੇਂ ਚਾਹੀਂ। ਸ਼ੂਦਰ ਬੈਸ ਜਹਾਂ ਤਹਾਂ, ਤੇ ਕਹਿੰਦੇ ਨੇ ਦੂਸਰੇ ਪਾਸੇ ਜਿਹੜੇ ਨੇ ਸ਼ੂਦਰ ਬੈਸ ਜਹਾਂ ਤਹਾਂ, ਜਿੱਥੇ ਤਿੱਥੇ ਜਿਹੜੇ ਸ਼ੂਦਰ ਹੋਣਗੇ ਨੀਵੀਆਂ ਜਾਤੀਆਂ ਦੇ, ਉਹ ਸ਼ਸਤਰਾਂ ਨੂੰ ਪਕੜ ਕੇ, ਅਸਤਰ ਆਵ ਗਾਜ ਹੈ, ਅਸਤਰਾਂ ਨੂੰ ਅਸਤਰ ਉਹ ਜਿਹੜੇ ਹੱਥ ਛੱਡ ਕੇ ਚਲਾਏ ਜਾਣ, ਜਿਵੇਂ ਚੱਕਰ ਹੈ, ਜਿਵੇਂ ਤੀਰ ਹੈ, ਜਿਵੇਂ ਬੰਦੂਕ ਦੀ ਗੋਲੀ ਹੈ, ਸ਼ਸਤਰ ਜਿਹੜੇ ਹੱਥ ਦੇ ਵਿੱਚ ਪਕੜ ਕੇ ਚਲਾਏ ਜਾਂਦੇ ਨੇ। ਅਸਤਰਾਂ ਸ਼ਸਤਰਾਂ ਨੂੰ ਪਕੜ ਕੇ ਮੈਦਾਨੇ ਜੰਗ ਦੇ ਅੰਦਰ ਜਿਹੜੇ ਸ਼ੂਦਰ ਤੇ ਬੈਸ ਹੋਣਗੇ ਉਹ ਗੱਜਣਗੇ, ਔਰ ਛਤਰੀ ਉਹਨਾਂ ਦੇ ਸਾਹਮਣੇ ਦੌੜ ਜਾਣਗੇ। ਹਾਂਜੀ, ਇਸ ਤਰੀਕੇ ਨਾਲ ਹਜ਼ੂਰ ਕਹਿ ਵਰਣਨ ਕਰ ਰਹੇ ਨੇ, ਐਸਾ ਵਕਤ ਆਵੇਗਾ, ਐਸਾ ਸਮਾਂ ਆਵੇਗਾ ਜਦੋਂ ਇਸਤਰੀ ਪੁਰਸ਼ ਇੱਕ ਦੂਸਰੇ ਨਾਲ ਧੋਖਾ ਕਰਨਗੇ, ਔਰ ਧਨ ਦੇ ਵਾਸਤੇ ਮਾਂ ਬਾਪ ਪੁੱਤਰ ਧੀਆਂ ਇੱਕ ਦੂਸਰੇ ਦਾ ਕਤਲ ਕਰਨ ਤੱਕ ਤੁਲ ਜਾਣਗੇ, ਆਪਣੇ ਧਰਮ ਦਾ ਤਿਆਗ ਕਰਕੇ। ਧਾਰਮਿਕ ਲੋਕ ਵੀ ਜਿਹੜੇ ਨੇ ਧਰਮ ਨੂੰ ਤਿਲਾਂਜਲੀ ਦੇ ਦੇਣ। ਐਸੇ ਵਕਤ ਹਜ਼ੂਰ ਨੇ ਇਹ ਬਚਨ ਬਹੁਤ ਸਮਾਂ ਪਹਿਲੇ ਵਰਣਨ ਕੀਤੇ ਨੇ, ਸਾਡੇ ਸਾਹਮਣੇ ਵਰਤ ਰਹੇ ਨੇ, ਜੋ ਅੱਗੇ ਵਿਚਾਰ ਆਉਣਗੇ ਉਹ ਸਮਾਂ ਆਵੇਗਾ ਵਰਤਣਗੇ। ਆਈਏ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਸਾਡੇ ਤੇ ਕਿਰਪਾ ਕਰਨਾ, ਤੁਹਾਡੀ ਸ਼ਰਨ ਵਿੱਚ ਆਏ ਹਾਂ ਤਾਂ ਇਹਨਾਂ ਐਸੇ ਵਾਤਾਵਰਨ ਦੀ ਤੱਤੀ ਹਵਾ ਤੋਂ ਬਚਾ ਕੇ ਰੱਖਣਾ। ਅਰਦਾਸ ਕਰਨਾ ਸਾਡਾ ਫਰਜ਼ ਹੈ, ਜੇ ਅਸੀਂ ਮਨੋ ਅਰਦਾਸ ਕਰਾਂਗੇ ਤਾਂ ਸੱਚੇ ਪਾਤਸ਼ਾਹ ਜ਼ਰੂਰ ਮਿਹਰਾਮਤ ਕਰਨਗੇ। ਇਹਨਾਂ ਵਿਚਾਰਾਂ ਨਾਲ ਵਿਚਾਰ ਸਮਾਪਤ ਹੈ। ਸੰਤਾਂ ਵੱਲੋਂ ਕਥਾ ਦੇ ਸੰਬੰਧ ਵਿੱਚ ਬੇਨਤੀ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਏ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਤ ਛਤਰ ਉਤਾਰ ਕੇ, ਰਣ ਸ਼ੋਰ ਛਤਰੀ ਭਾਜ ਹੈ, ਸ਼ੂਦਰ ਬੈਸ ਜਹਾਂ ਤਹਾਂ, ਗਿਆ ਅਸਤਰ ਗਾਜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛਤਰੀਆਨੀ ਛੋਰ ਕਾ ਨਰ ਨਾ ਨੀਚ ਰਾਵ ਤਾਜ ਰਾਜ ਔਰ ਸਮਾਜ ਕੋ ਗ੍ਰਹਿ ਨੀਚ ਰਾਨੀ ਜਾਵ ਸੂਦਰ ਬ੍ਰਹਮ ਸਤਾ ਭਏ ਰਤ ਬ੍ਰਹਮ ਸੂਦਰੀ ਹੋਏਂਗੇ ਬੇਸਵਾ ਬਾਲ ਬਲੋਕ ਕਾ ਰਾਜ ਧੀਰਜ ਖੋਏਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਤਸੰਗ ਜੀਓ ਸਾਹਿਬ ਕਮਾਲ ਸਾਹਿਬ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਆਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਬਿਰਾਜਮਾਨ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਪਿੰਨਾ ਅੰਮ੍ਰਿਤ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ। ਸਾਹਿਬ ਕਮਾਲ ਗਰੀਬ ਨਿਵਾਜ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਉਂਕਿ ਆਪ ਤਿੰਨਾਂ ਕਾਲਾਂ ਦੇ ਰਚਨਹਾਰ ਹਨ, ਆਪ ਨੇ ਹੀ ਸਤਜੋਗ ਦੀ ਰਚਨਾ ਕੀਤੀ ਹੈ, ਆਪ ਜੀ ਨੇ ਹੀ ਤ੍ਰੇਤੇ ਦੀ ਰਚਨਾ ਕੀਤੀ ਹੈ, ਆਪ ਜੀ ਨੇ ਹੀ ਦੁਆਪਰ ਯੁੱਗ ਸਥਾਪਨ ਕੀਤਾ ਹੈ ਅਤੇ ਕਲਯੁੱਗ ਵੀ ਆਪ ਜੀ ਦੁਆਰਾ ਹੀ ਕਾਇਮ ਕੀਤਾ ਹੋਇਆ ਯੁੱਗ ਹੈ। ਆਪ ਚਹੁੰ ਯੁੱਗਾਂ ਦੇ ਕਰਤੇ, ਚਹੁੰ ਯੁੱਗਾਂ ਦੀ ਰਚਨਾ ਦੇ ਕਰਤੇ, ਕੇਵਲ ਕਾਲ ਲਈ ਕਰਤਾਰ ਦਸਮ ਗ੍ਰੰਥ ਆਪ ਕਰਤਾਰ ਸਰੂਪ ਹਨ। ਫਿਰ ਸੰਸਾਰ ਦੀ ਰਚਨਾ ਕਰਨ ਵਾਲੇ ਨੂੰ ਕੀ ਔਖਾ ਹੈ ਕਿ ਉਹ ਸੰਸਾਰ ਦੀ ਗਤੀ ਨੂੰ ਨਾ ਜਾਣਦਾ ਹੋਵੇ। ਬਾਣੀ ਦੇ ਬੋਹਿਤ ਜੀ ਨੇ ਸ੍ਰੀ ਸੁਖਮਨੀ ਸਾਹਿਬ ਅੰਦਰ ਦਰਸਾਇਆ ਹੈ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਹੇ ਮੇਰੇ ਵਾਹਿਗੁਰੂ ਜੀਓ, ਆਪਣੀ ਗਤੀ ਨੂੰ ਆਪ ਜਾਣ ਦਿਓ। ਇਹ ਰਚਨਾ ਵੀ ਆਪ ਜੀ ਦੀ ਹੈ, ਇਸ ਰਚਨਾ ਦੀ ਗਤੀ ਵੀ ਆਪ ਜੀ ਨੂੰ ਮਾਲੂਮ ਹੈ। ਚਹੁੰ ਯੁੱਗਾਂ ਦੇ ਜੀਵਾਂ ਦੇ
ਮਨਾ ਅੰਦਰ ਕੀ ਕੁਝ ਹੈ ਆਪ ਜੀ ਨੂੰ ਪਤਾ ਹੈ। ਚਹੋਂ ਯੁਗਾਂ ਵਿੱਚ ਕੈਸਾ ਕੈਸਾ ਵਰਤਾਰਾ ਵਰਤਿਆ ਹੈ ਇਹ ਵੀ ਆਪ ਜੀ ਨੂੰ ਪਤਾ ਹੈ। ਚਹੋਂ ਯੁਗਾਂ ਵਿੱਚ ਕੈਸਾ ਕੈਸਾ ਵਰਤਾਰਾ ਵਰਤੇਗਾ ਇਹ ਵੀ ਆਪ ਜੀ ਨੂੰ ਪਤਾ ਹੈ। ਇਸੇ ਵਾਸਤੇ ਪਵਿੱਤਰ ਬਾਣੀ ਅੰਦਰ ਥਾਂ ਥਾਂ ਤੇ ਇਸ ਵਿਚਾਰ ਨੂੰ ਪ੍ਰਗਟਾਇਆ ਗਿਆ ਹੈ ਕਿ ਸਤਿਗੁਰੂ ਤਾਂ ਸਦਾ ਸਦਾ ਹੈ, ਆਉਂਦੇ ਨੇ ਚਲੇ ਜਾਂਦੇ ਨੇ, ਬੱਦਲ ਕਿੱਧਰੋਂ ਆਏ ਤੇ ਕਿੱਧਰ ਚਲੇ ਗਏ ਇਹ ਸਮਝਣਾ ਕੁਝ ਔਖਾ ਹੈ। ਪਰ ਬੱਦਲ ਮੀਂਹ ਪਾ ਕੇ ਫਿਰ ਅੱਖਾਂ ਤੋਂ ਓਹਲੇ ਹੋ ਜਾਂਦੇ ਨੇ, ਫਿਰ ਦੇਖਦੇ ਹਾਂ ਤਾਂ ਬੱਦਲੀਆਂ ਆਸਮਾਨ ਵਿੱਚ ਛਾ ਜਾਂਦੀਆਂ ਹਨ। ਨਾਨਕ ਬਿਜਲੀਆਂ ਚਮਕਨ ਕੁਰਨ ਘਟਾ ਅਤ ਕਾਲੀਆਂ, ਮਾਰੂ ਕੀ ਵਾਰ ਦੱਖਣੇ ਮਹੱਲਾ ਪੰਜਵਾਂ ਦੂਜੀ ਵਾਰ। ਇਸੇ ਹੀ ਤਰ੍ਹਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਗੁਜਰੀ ਕੀ ਵਾਰ ਮਹੱਲਾ ਤੀਜਾ ਪਹਿਲੀ ਵਾਰ। ਸਦਾ ਸਦਾ ਅਵਨਾਸ਼ੀ ਹੋਣ ਕਾਰਨ ਚਹੋਂ ਯੁਗਾਂ ਦੇ ਕੈਸੇ ਕੈਸੇ ਹਾਲਾਤ ਨੇ ਉਹ ਆਪ ਜੀ ਨੂੰ ਜੇ ਪਤਾ ਹੈ ਤੇ ਉਹਨਾਂ ਹਾਲਾਤਾਂ ਦਾ ਆਪ ਜੀ ਨੇ ਪ੍ਰਗਟਾਓ ਵੀ ਕੀਤਾ ਹੈ। ਸਾਧੂ ਸਤ ਯੁਗ ਬੀਤਿਆ ਅਦ ਸੀਲੀ ਤ੍ਰੇਤਾ ਆਇਆ, ਨੱਚੀ ਕਲ ਸਰੋਸਰੀ ਕਲ ਨਾਰਦ ਦੌਰੂ ਆਇਆ। ਚੰਡੀ ਦੀ ਵਾਰ ਦਸਮ ਗ੍ਰੰਥ ਸਤਯੁਗ ਦਾ ਹਾਲਾਤ ਵੀ ਦਰਸਾ ਦਿੱਤਾ, ਤ੍ਰੇਤੇ ਦਾ ਵੀ ਵਰਣਨ ਕਰ ਦਿੱਤਾ ਹੈ ਤੇ ਦੁਆਪਰ ਵਿੱਚ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ ਵਾਰ ਆਸਾ ਮਹੱਲਾ ਪਹਿਲਾ। ਦੁਆਪਰ ਦਾ ਵਰਣਨ ਵੀ ਹੋਇਆ। ਹੁਣ ਕਲਯੁਗ ਦਾ ਜੋ ਹਾਲਾਤ ਜੈਸੇ ਹਾਲਾਤ ਜਿਸ ਤਰ੍ਹਾਂ ਦੇ ਹਾਲਾਤ ਵਾਪਰਨਗੇ ਉਹਨਾਂ ਦਾ ਵਰਣਨ ਕਰ ਰਹੇ ਆਪ ਜੀ। ਕੁਝ ਦਿਨਾਂ ਤੋਂ ਅੱਜ ਤੋਂ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਜੀ ਨੇ ਜੋ ਆਪਣੇ ਤੋਂ ਬਾਅਦ ਹਾਲਾਤ ਵਾਪਰਨਗੇ ਉਹਨਾਂ ਦਾ ਵਰਣਨ ਕੀਤਾ। ਉਨਚਾਲ ਆਵੇ ਤਾਂ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਮਕਾਨਾਂ ਦੇ ਅੰਦਰ ਇਤਨੇ ਟਾਈਮ ਤੋਂ ਲੈ ਕੇ ਇਤਨੇ ਟਾਈਮ ਤੱਕ ਕੋਈ ਨਾ ਅੰਦਰ ਰਹੇ, ਕਿਉਂਕਿ ਪੁੰਚਾਲ ਆਵੇਗਾ ਧਰਤੀ ਕੰਬੇਗੀ ਥਰਥਰਾਵੇਗੀ ਤੇ ਫਿਰ ਹੋ ਸਕਦਾ ਹੈ ਮਕਾਨ ਡਿੱਗ ਜਾਵੇ ਤੇ ਮਕਾਨ ਦੇ ਬਲ ਮਲਬੇ ਦੇ ਨੀਚੇ ਕਿਤਨੇ ਲੋਕ ਖਤਮ ਹੋ ਜਾਣ। ਕੋਇਟੇ ਦਾ ਪੁੰਚਾਲ ਬਲੋਚਿਸਤਾਨ ਦਾ ਅਸਾਂ ਨਹੀਂ ਦੇਖਿਆ ਪਰ ਲੋਕ ਦਸਤੇ ਨੇ ਬੜਾ ਨੁਕਸਾਨ ਹੋਇਆ ਸੀ। ਬੰਬੇ ਦੇ ਨਜ਼ਦੀਕ ਕੋਈ ਨਾ ਵੀ ਇੱਕ ਵਾਰੀ ਪੁੰਚਾਲ ਆਇਆ ਸੀ ਤੇ ਇਮਾਰਤਾਂ ਬਿਲਡਿੰਗਾਂ ਸਾਰਿਆਂ ਦੀਆਂ ਸਾਰੀਆਂ ਕਈ ਵਾਰੀ ਨੀਚੇ ਧਸ ਗਈਆਂ ਔਰ ਜਿਤਨੇ ਲੋਕ ਨੇ ਵਿੱਚ ਸਨ ਸਾਰੇ ਹੀ ਜ਼ਿੰਦਗੀ ਸਮਾਪਤ ਕਰਕੇ ਮਾਲਕ ਦੇ ਚਰਨਾਂ ਵਿੱਚ ਜਾ ਪਹੁੰਚੇ। ਦਸ਼ਮੇਸ਼ ਪਿਤਾ ਜੀ ਨੇ ਵੀ ਇਹ ਹਾਲਾਤ ਇਸ ਲਈ ਲਿਖੇ ਨੇ ਕਿ ਅਸੀਂ ਆਉਣ ਵਾਲੇ ਵਕਤ ਨੂੰ ਸਮਝ ਕੇ ਆਪਣਾ ਬਚਾਓ ਕਰ ਸਕੀਏ, ਆਉਣ ਵਾਲੇ ਸਮੇਂ ਤੋਂ ਸਾਵਧਾਨ ਰਹਿ ਸਕੀਏ। ਗੁਰੂ ਕੇ ਸਿੱਖ ਦਾ ਕਿੱਥੇ ਬਚਾਓ ਹੋ ਸਕਦਾ? ਉਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ। ਜਦੋਂ ਗੁਰੂ ਕੀ ਸ਼ਰਨ ਆ ਜਾਵਾਂਗੇ ਤਾਂ ਬਚਾਓ ਹੋ ਜਾਵੇਗਾ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਦੋਹਾ ਲਿਖਿਆ ਹੈ, ਆਪ ਕਹਿੰਦੇ ਨੇ ਸਤਿਗੁਰ ਪਗ ਹੈ ਕੀਲ ਕਾ ਮਨ ਦਾਨੋ ਠਿਗ ਕੀਨ ਮੋਹ ਆਦਿਕ ਪਦ ਪਿਟਤ ਹੈ ਰਾਖੇਂਗੇ ਲਖ ਦੀਨ। ਸ੍ਰੀ ਗੁਰੂ ਪ੍ਰਤਾਪ ਸ੍ਰੀ ਗੁਰੂ ਨਾਨਕ ਪ੍ਰਤਾਪ ਭਾਈ ਸੰਤੋਖ ਸਿੰਘ ਜੀ। ਹਾਂ ਧਰਤੀ ਤੇ ਕਿਉਂਕਿ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸੋਰਠ ਮਹੱਲਾ ਪਹਿਲਾ। ਇੱਕ ਚੱਕੀ ਚੱਲ ਰਹੀ ਹੈ ਜਿਸ ਦਾ ਇੱਕ ਹੇਠਲਾ ਪੁੜ ਧਰਤੀ ਹੈ ਤੇ ਉੱਪਰਲਾ ਪੁੜ ਆਸਮਾਨ ਹੈ। ਅਸੀਂ ਸਾਰੇ ਦਾਣਿਆਂ ਵਾਂਗ ਇਹਨਾਂ ਦੋਨਾਂ ਪੁੜਾਂ ਦੇ ਵਿੱਚ ਪੀਸੇ ਜਾ ਰਹੇ ਹਾਂ। ਕਾਲ ਮ੍ਰਿਤੂ ਜ਼ੋਰ ਦੇ ਨਾਲ ਇਸ ਚੱਕੀ ਨੂੰ ਚਲਾ ਰਹੇ ਨੇ। ਜੀਵ ਦਾਣਿਆਂ ਵਾਂਗ ਅਨਾਜ ਦੇ ਵਾਂਗ ਇਸ ਵਿੱਚ ਪੀਸੇ ਜਾ ਰਹੇ ਨੇ। ਪਰ ਜਿਸ ਤਰ੍ਹਾਂ ਉਹ ਚੱਕੀ ਦੇ ਵਿਚਕਾਰ ਥੋੜਾ ਜਿਹਾ ਥਾਂ ਹੁੰਦਾ ਹੈ ਦੋਨਾਂ ਪੁੜਾਂ ਨੂੰ ਇੱਕ ਆਪਣੇ ਆਪਣੇ ਥਾਂ ਤੇ ਕਾਇਮ ਰੱਖਣ ਲਈ, ਉਹ ਕਿੱਲੀ ਹੁੰਦੀ ਹੈ ਹੇਠੋਂ ਕੁਝ ਮੋਟੀ ਲੱਕੜੀ ਦੀ ਔਰ ਉਹਦੇ ਉੱਪਰ ਇੱਕ ਲੋਹੇ ਦਾ ਮਜ਼ਬੂਤ ਛੋਟਾ ਜਿਹਾ ਕਿੱਲ ਲੱਗਾ ਹੁੰਦਾ ਜਿਸ ਕਾਰਨ ਉਹ ਆਪਣੇ ਥਾਂ ਤੋਂ ਅਡੋਲਤਾ ਦੇ ਨਾਲ ਹਿਲਦੀ ਨਹੀਂ ਔਰ ਉਹਦੇ ਵਿੱਚ ਬਲ ਹੁੰਦਾ ਹੈ ਤਾਕਤ ਹੁੰਦੀ ਹੈ ਕਿ ਜ਼ੋਰ ਨਾਲ ਚੱਲਣ ਵਾਲੇ ਜੋ ਪੁੜ ਨੇ ਉਹ ਤੇਜ਼ੀ ਨਾਲ ਕਾਰ ਦੇ ਪਹੀਏ ਦੇ ਵਾਂਗ ਜ਼ੋਰ ਨਾਲ ਘੁੰਮਦੇ ਨੇ ਪਰ ਉਸ ਕਿੱਲੀ ਦੇ ਕਾਰਨ ਉਹ ਅੱਗੇ ਪਿੱਛੇ ਨਹੀਂ ਹੁੰਦੇ। ਜੇ ਅੱਗੇ ਪਿੱਛੇ ਕਿਤੇ ਅਚਾਨਕ ਹੋ ਜਾਣ ਤਾਂ ਚੱਕੀ ਦੇ ਪਾਸ ਬੈਠੇ ਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਿੱਲੀ ਰੋਕ ਲੈਂਦੀ ਹੈ। ਇਸੇ ਹੀ ਤਰ੍ਹਾਂ ਜੇ ਗੁਰੂ ਮਹਾਰਾਜ ਦੇ ਚਰਨ ਉਸ ਕਿੱਲੀ ਵਾਂਗ ਨੇ ਧਰਤੀ ਤੇ ਆਸਮਾਨ ਦੋ ਪੁੜ ਘੁੰਮ ਰਹੇ ਨੇ ਇਹਦੇ ਵਿੱਚ ਜੀਵ ਦਾਣਿਆਂ ਵਾਂਗ ਅਨਾਜ ਵਾਂਗ ਪੀਸੇ ਜਾ ਰਹੇ ਨੇ ਪਰ ਗੁਰੂ ਦੀ ਜੋ ਚਰਨ ਸ਼ਰਨ ਹੈ ਉਹ ਕਿੱਲੀ ਦੇ ਸਮਾਨ ਹੈ। ਜਿਹੜੇ ਸਤਿਗੁਰੂ ਦੇਵ ਜੀ ਦੀ ਸ਼ਰਨ ਆ ਜਾਣਗੇ, ਮਹਾਂਕਵੀ ਜੀ ਕਹਿੰਦੇ ਨੇ ਸਤਿਗੁਰੂ ਉਹਨਾਂ ਨੂੰ ਆਪਣੇ ਗਰੀਬ ਸੇਵਕ ਜਾਣ ਕੇ ਬਚਾ ਲੈਣਗੇ। ਜਿਵੇਂ ਕਿ ਚੱਕੀ ਦੀ ਕਿੱਲੀ ਦੇ ਨਾਲ ਪਏ ਹੋਏ ਦਾਣੇ ਨਹੀਂ ਪਿਸਦੇ, ਭਾਵੇਂ ਕਿਤਨੇ ਵੀ ਜ਼ੋਰ ਨਾਲ ਉਹ ਪਹੀਏ ਉਹ ਘੁੰਮਦੇ ਨੇ ਜੋ ਸਾਰੇ ਅਨਾਜ ਨੂੰ ਪੀਸੀ ਜਾਂਦੇ ਨੇ, ਪਰ ਚੱਕੀ ਦੇ ਨਜ਼ਦੀਕ ਦੇ ਦਾਣੇ ਬਚਾਓ ਪ੍ਰਾਪਤ ਕਰਦੇ ਨੇ। ਉਹਨਾਂ ਲੋਕਾਂ ਦਾ, ਉਹਨਾਂ ਜੀਵਾਂ ਦਾ, ਉਹਨਾਂ ਮਨੁੱਖਾਂ ਦਾ, ਉਹਨਾਂ ਸਿੱਖਾਂ ਦਾ ਹੀ ਬਚਾਓ ਹੋਵੇਗਾ ਜਿਹੜੇ ਗੁਰੂ ਦੀ ਸ਼ਰਨ ਆ ਜਾਣਗੇ। ਪਿਆਰ ਲੱਖੋ ਸ੍ਰੀ ਵਾਹ। ਬਹੁਤ ਬਚਪਨ ਤੋਂ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਸਾਂ, ਕਹਿੰਦੇ ਨੇ ਕਿ ਮਾਝਾ ਜਿਹੜਾ ਹੈ ਉਹ ਪੀਸਾ ਹੋਵੇਗਾ, ਦੁਆਬਾ ਦਲੀਆ ਹੋਵੇਗਾ, ਯਾਨੀ ਮਾਝੇ ਦੇ ਇਲਾਕੇ ਵਿੱਚ ਜ਼ਿਆਦਾ ਮੁਸ਼ਕਲਾਤਾਂ ਗੁਰੂ ਕੇ ਸਿੱਖਾਂ ਤੇ ਆਉਣਗੀਆਂ, ਉਸ ਤੋਂ ਜ਼ਿਆਦਾ ਕਠਿਨਾਈਆਂ ਦੁਆਬੇ ਦੇ ਸਿੱਖਾਂ ਉੱਪਰ ਆਉਣਗੀਆਂ, ਇਹ ਪੁਰਾਣੇ ਸਿੱਖ ਸੁਣਾਇਆ ਕਰਦੇ ਸਨ। ਪਰ ਜਦੋਂ ਪੰਜਾਬ ਦਾ ਵਾਤਾਵਰਨ ਖੁਸ਼ਹਾਲੀ ਦੀ ਤਰਫ ਮੁੜਿਆ ਤਾਂ ਅਸੀਂ ਇਹਨਾਂ ਖਿਆਲਾਂ ਨੂੰ, ਇਹਨਾਂ ਵਿਚਾਰਾਂ ਨੂੰ ਭੁੱਲ ਗਏ ਸੀ। ਸੋਚਦੇ ਸਾਂ ਕੀ ਹੋਵੇਗਾ, ਇਹ ਐਵੇਂ ਕਿਸੇ ਨੇ ਭੰਗ ਪੀ ਕੇ ਲਿਖ ਦਿੱਤੀਆਂ ਹੋਣੀਆਂ ਨੇ ਗੱਲਾਂ। ਲੋਕ ਇਹੋ ਹੀ ਬਾਤਾਂ ਕਰਦੇ ਸਨ, ਇਹੋ ਹੀ ਗੱਲਾਂ ਕਹਿੰਦੇ ਸਨ ਵੀ ਕਿਸੇ ਨੇ ਸੁੱਖ ਨਿਧਾਨ ਦੀ ਮੌਜ ਵਿੱਚ ਇਹ ਪੋਥੀ ਇਹ ਪੁਸਤਕ ਲਿਖੀ ਹੋਵੇਗੀ, ਇਹ ਭਲਾ ਹੁਣ ਕੁਝ ਹੋ ਸਕਦਾ। ਇਸ ਵਾਸਤੇ ਸਤਿਗੁਰੂ ਜੀ ਦਰਸਾ ਰਹੇ ਨੇ ਠੀਕ ਹੈ ਕਿ ਭਾਵੇਂ
ਇਸ ਧਰਤੀ ਤੇ ਆਕਾਸ਼ ਦੀ ਚੱਕੀ ਦੇ ਦੋਨਾਂ ਫੁੱਟ ਤੇਜ਼ੀ ਨਾਲ ਘੁੰਮਣਗੇ। ਲੋਕ ਅਨਾਜ ਦੇ ਵਾਂਗ ਪੀਸੇ ਜਾਣਗੇ, ਪਰ ਫਿਰ ਵੀ ਜਿਹੜੇ ਸਤਿਗੁਰੂ ਦੀ ਚਰਨ ਸ਼ਰਨ ਦੀ ਕਿੱਲੀ ਨਾਲ ਗੁਰੂ ਦੇ ਚਰਨ ਘੁੱਟ ਕੇ ਪਕੜ ਲੈਣਗੇ, ਉਹਨਾਂ ਦੀ ਸਤਿਗੁਰੂ ਰੱਖਿਆ ਕਰਨਗੇ। ਪਰ ਸਿੱਖ ਨੂੰ ਯਕੀਨ ਹੋਵੇ, ਸਿੱਖ ਨੂੰ ਭਰੋਸਾ ਹੋਵੇ, ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ। ਪੈਰੋ ਮਹੱਲਾ ਪੰਜਵਾਂ, ਗੁਰੂ ਰੱਖਿਅਕ ਹੈ, ਗੁਰੂ ਸਮਰੱਥ ਹੈ, ਸਰਵ ਸ਼ਕਤੀਵਾਨ ਹੈ। ਸਭ ਲੋਕ ਇੱਕੋ ਜਿਹੇ ਨਹੀਂ ਹੁੰਦੇ। ਜਿਉਂ ਹੀ 84 ਤੇ ਸਾਡੇ ਤੇ ਹਮਲੇ ਹੋਣੇ ਸ਼ੁਰੂ ਹੋਏ ਤਾਂ ਇੱਕ ਹਿੰਦੂ ਸਮਾਜ ਵਿਚ ਸਤਕਾਰੀ ਹੋਈ ਸ਼ਖਸੀਅਤ ਸਵਾਮੀ ਹਰੀ ਹਰ ਜੀ ਇੰਡੋਨੇਸ਼ੀਆ ਵਿਚ ਸਨ। ਜਿਉਂ ਹੀ ਉਹਨਾਂ ਨੇ ਖਬਰ ਸੁਣੀ ਦਿੱਲੀ ਵਾਪਸ ਪਹੁੰਚੇ ਔਰ ਸਿੱਧਾ ਜਦੋਂ ਉਹ ਤਿਲਕਨਗਰ ਦੇ ਏਰੀਏ ਵੱਲ ਆਉਣ ਲੱਗੇ, ਉਹਨਾਂ ਦੇ ਕੁਝ ਸ਼ਰਧਾਲੂਆਂ ਨੇ ਕਿਹਾ ਬਾਬਾ ਉਧਰ ਨਾ ਜਾਣਾ, ਹਾਲਾਤ ਅੱਛੇ ਨਹੀਂ, ਕੋਈ ਸਿੱਖ ਤੁਹਾਡੇ ਤੇ ਵਾਰ ਕਰ ਦੇਵੇਗਾ। ਗੁਰਬਾਣੀ ਦਾ ਸਤਿਕਾਰ ਕਰਦੇ ਨੇ, ਗੁਰਬਾਣੀ ਨਾਲ ਲਗਨ ਹੈ। ਕਹਿਣ ਲੱਗੇ ਮੈਂ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਨੂੰ ਅਟਲ ਉਪਦੇਸ਼ ਸਮਝਦਾ ਹਾਂ, ਰਾਖਾ ਏਕ ਹਮਾਰਾ ਸਵਾਮੀ। ਕਹਿਣ ਲੱਗੇ ਮੇਰਾ ਗੁਰੂ ਮੇਰਾ ਰੱਖਿਅਕ ਹੈ, ਮੇਰੇ ਵਾਸਤੇ ਕੋਈ ਵੀ ਮੇਰਾ ਵਿਰੋਧੀ ਨਹੀਂ, ਮੈਂ ਜ਼ਰੂਰ ਉਹਨਾਂ ਲੋਕਾਂ ਪਾਸ ਜਾਵਾਂਗਾ, ਦੁੱਖ ਤੇ ਸੁੱਖ ਉਹਨਾਂ ਦੇ ਨਾਲ ਸਾਂਝਾ ਕਰਾਂਗਾ, ਜਿਸ ਜਿਨ੍ਹਾਂ ਤੇ ਤੁਸੀਂ ਜ਼ੁਲਮ ਢਾਣ ਦੀ ਕੋਸ਼ਿਸ਼ ਕਰ ਰਹੇ ਹੋ। ਪਿਆਲਾ ਖੋ ਸ੍ਰੀ ਵਾਹ। ਤੋ ਐਸੇ ਭਰੋਸੇ ਦੇ ਨਾਲ ਉਹ ਸਭ ਥਾਵਾਂ ਤੇ ਗਏ, ਲੋਕਾਂ ਨੇ ਉਹਨਾਂ ਨੂੰ ਇੱਜ਼ਤ ਵੀ ਦਿੱਤੀ, ਪਿਆਰ ਵੀ ਕੀਤਾ, ਸਨਮਾਨ ਵੀ ਕੀਤਾ ਕਿ ਠੀਕ, ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ, ਕੋਈ ਹਰਿਆ ਬੂਟ ਰਹੇ ਉਹਦੇ। ਆਸਾ ਮਹੱਲਾ ਬਣਨਾ, ਸਾਨੂੰ ਵੀ ਭਰੋਸਾ ਹੋਵੇ, ਸਾਨੂੰ ਵੀ ਇਸ ਪੱਖ ਤੇ ਯਕੀਨ ਹੋਵੇ ਕਿ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿਚ ਆਵਾਂਗੇ ਤੇ ਗੁਰੂ ਸਾਡੀ ਜ਼ਰੂਰ ਰੱਖਿਆ ਕਰੇਗਾ। ਹਾਂ, ਚੱਕੀ ਚੱਲ ਰਹੀ ਹੈ, ਦੋਨਾਂ ਫੁੱਟ ਤੇਜ਼ੀ ਨਾਲ ਘੁੰਮ ਰਹੇ ਨੇ, ਕਿਉਂਕਿ ਮਨੁੱਖ ਦੀ ਜ਼ਿੰਦਗੀ ਦੋ ਤਰੀਕਿਆਂ ਨਾਲ ਹੀ ਨਾਸ਼ ਹੁੰਦੀ ਏ। ਇੱਕ ਤਰੀਕਾ ਹੈ ਬਿਪਤਾ ਆ ਜਾਵੇ, ਦੁੱਖ ਮਨੁੱਖ ਦੇ ਚੌਗਿਰ ਦੇ ਘੇਰਾ ਪਾ ਲੈਣ, ਤੇ ਦੂਸਰਾ ਪੱਖ ਤੇ ਦੂਸਰਾ ਪਹਿਲੂ ਹੈ ਕਿ ਮਨੁੱਖ ਬੁਰਿਆਈਆਂ ਵਿਚ ਡੁੱਬ ਜਾਵੇ, ਉਹ ਆਪਣੀ ਜ਼ਿੰਦਗੀ ਦੇ ਕੀਮਤੀ ਵਿਚਾਰਾਂ ਤੋਂ ਗਿਰ ਜਾਵੇ। ਪਹਿਲਾ ਪੱਖ ਦਸ਼ਮੇਸ਼ ਪਿਤਾ ਜੀ ਇਸੇ ਤਰੀਕੇ ਨਾਲ ਵਰਣਨ ਕਰ ਰਹੇ ਨੇ, ਸੁਣੀਏ ਹਜ਼ੂਰ ਦੇ ਪਾਵਨ ਪਵਿੱਤਰ ਸ਼ਬਦਾਂ ਵਿਚ ਜੀ। ਕਹਿੰਦੇ ਨੇ ਉਹ ਛਤਰੀ ਜਿਨ੍ਹਾਂ ਦੀ ਜ਼ਿੰਮੇਦਾਰੀ ਸੀ ਕਿ ਉਹ ਆਪਣੇ ਦੇਸ਼ ਦੀਆਂ ਬਹੂਆਂ ਤੇ ਬੇਟੀਆਂ ਦੀ ਇੱਜ਼ਤ ਦੇ ਸਾਂਝੀ ਵਾਲ ਬਣਨਗੇ, ਔਰ ਉਹਨਾਂ ਦੀ ਨਜ਼ਰ ਵਿਚ ਆਪਣੇ ਦੇਸ਼ ਦੀ ਹਰ ਇਸਤਰੀ ਮਾਤਾ ਭੈਣ ਤੇ ਬੇਟੀ ਦੇ ਰੂਪ ਵਿਚ ਨਜ਼ਰ ਆਵੇਗੀ। ਹਾਂ, ਉਹ ਜਿਹੜੇ ਛਤਰੀ ਰਾਜੇ ਸਨ ਉਹ ਆਪਣੀਆਂ ਛਤਰਾਣੀਆਂ ਪਤਨੀਆਂ ਨੂੰ ਆਪਣੀਆਂ ਸੁਪਤਨੀਆਂ ਛਤਰਾਣੀਆਂ ਨੂੰ ਛੱਡ ਕੇ ਨਰ ਨਹਾ ਨੀਚਨ ਰਾਵ ਹੈ, ਜਿਹੜੇ ਨਰ ਨਹਾ ਆਦਮੀਆਂ ਦੇ ਨਾ ਰਾਜੇ, ਜਿਹੜੇ ਛਤਰੀ ਰਾਜੇ ਹੋਣਗੇ ਉਹ ਨੀਚ ਇਸਤਰੀਆਂ ਦੇ ਘਰੀ ਜਾ ਕੇ ਆਪਣੀ ਜ਼ਿੰਦਗੀ ਨੂੰ ਭ੍ਰਿਸ਼ਟ ਕਰ ਲੈਣਗੇ, ਆਪਣੇ ਜੀਵਨ ਨੂੰ ਤਬਾਹ ਕਰ ਲੈਣਗੇ। ਉੱਚੀ ਕੁਲ ਦੇ ਰਾਜੇ ਜਿਨ੍ਹਾਂ ਦੀ ਜ਼ਿੰਮੇਦਾਰੀ ਦੇਸ਼ ਦੀ ਇੱਜ਼ਤ ਨੂੰ ਕਾਇਮ ਰੱਖਣਾ, ਜਦੋਂ ਉਹ ਖੁਦ ਹੀ ਭ੍ਰਿਸ਼ਟ ਹੋ ਜਾਣਗੇ ਤਾਂ ਬਾਕੀ ਲੋਕਾਂ ਦੀ ਉਹਨਾਂ ਨੇ ਲੱਜ ਤੇ ਪਾਤ ਇੱਜ਼ਤ ਨੂੰ ਕਿਵੇਂ ਬਰਕਰਾਰ ਰੱਖਣਾ ਹੈ। ਇੱਥੋਂ ਤੱਕ ਵੀ ਹੋ ਜਾਵੇਗਾ, ਐਸਾ ਵੀ ਬਣ ਜਾਵੇਗਾ ਕਿ ਉਹ ਲੋਕ ਆਪਣੇ ਰਾਜ ਸਾਜ ਦੀ ਵੀ ਪਰਵਾਹ ਨਹੀਂ ਕਰਨਗੇ। ਉਹ ਕਹਿ ਦੇਣਗੇ ਰਾਜ ਜੇ ਜਾਂਦਾ ਹੈ ਤੇ ਬੇਸ਼ੱਕ ਚਲਿਆ ਜਾਵੇ, ਪਰ ਮੈਂ ਜ਼ਰੂਰ ਇਸ ਗੰਦੇ ਟੋਏ ਵਿੱਚ
ਅੰਧੇ ਖੂਹ ਵਿੱਚ ਛਾਲ ਮਾਰ ਦੇਣੀ ਹੈ। ਰਾਜ ਸਾਜ ਦੀ ਵੀ ਉਹ ਪਰਵਾਹ ਨਹੀਂ ਕਰਨਗੇ। ਤਜ ਰਾਜ ਔਰ ਸਮਾਜ ਕੋ ਕਹਿੰਦੇ ਨੇ ਦੂਸਰਾ ਪਾਸ, ਜਿੱਥੇ ਰਾਜੇ ਨੀਚੇ ਚਲੇ ਜਾਣਗੇ, ਛਤਰੀ ਆਪਣਾ ਛਤਰੀਪਨ, ਆਪਣੀ ਜ਼ਿੰਮੇਦਾਰੀ, ਆਪਣਾ ਧਰਮ ਤਿਆਗ ਦੇਣਗੇ, ਤੇ ਫਿਰ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਨੇ ਰਾਜਕੁਮਾਰੀਆਂ, ਛਤਰੀਆਂ ਦੀਆਂ, ਫਿਰ ਛਤਰੀਆਂ ਦੀਆਂ ਪਟਰਾਣੀਆਂ, ਮਹਾਰਾਣੀਆਂ, ਉਹ ਵੀ ਉਸੇ ਪਾਸੇ ਤੁਰ ਪੈਣਗੀਆਂ। ਤਜ ਰਾਜ ਔਰ ਸਮਾਜ ਕੋ ਆਪਣੇ ਰਾਜ ਦੇ ਸੁੱਖ ਨੂੰ ਛੱਡ ਕੇ, ਰਾਜ ਸਮਾਜ, ਰਾਜ ਦੇ ਜਿਹੜੇ ਹਾਥੀ ਘੋੜੇ, ਰਾਜ ਦੇ ਸਾਜੋ ਸਮਾਨ ਦੇ ਸਾਰੇ ਸੁੱਖਾਂ ਨੂੰ ਛੱਡ ਕੇ, ਉਹ ਛਤਰੀਆਂ, ਰਾਜਪੂਤ ਰਾਜਿਆਂ ਦੀਆਂ ਰਾਣੀਆਂ, ਛਤਰਾਣੀਆਂ, ਗ੍ਰਹਿ ਨੀਚ ਰਾਣੀ ਜਾਪ ਹੈ, ਉਹ ਰਾਣੀਆਂ ਜਿਨ੍ਹਾਂ ਨੂੰ ਲੋਕ ਜਗਤ ਮਾਤਾ ਜਾਂ ਰਾਜ ਮਾਤਾ ਦਾ ਨਾਮ ਦੇ ਕੇ ਸਤਿਕਾਰ ਦੇ ਸਨ, ਇੱਜ਼ਤ ਕਰਦੇ ਸਨ, ਸਨਮਾਨ ਕਰਦੇ ਸਨ। ਕਿਉਂਕਿ ਭਾਰਤ ਵਿੱਚ ਜਿਸ ਮੌਕੇ ਤੇ ਕੋਈ ਰਾਜਾ ਗੁਜ਼ਰ ਜਾਵੇ, ਉਹਦਾ ਬੇਟਾ ਰਾਜ ਗੱਦੀ ਤੇ ਬੈਠੇ, ਤੇ ਫਿਰ ਉਸ ਰਾਜੇ ਦੀ ਮਾਤਾ ਨੂੰ ਲੋਕ ਰਾਜ ਮਾਤਾ ਕਹਿੰਦੇ ਨੇ, ਔਰ ਕੁਝ ਸਨਮਾਨ ਤੇ ਸਤਿਕਾਰ ਦੇਣ ਲਈ ਉਸ ਨੂੰ ਜਗਤ ਮਾਤਾ ਵੀ ਕਹਿ ਦਿੰਦੇ ਨੇ, ਵੀ ਉਹ ਸਾਰਿਆਂ ਦੀ ਮਾਤਾ ਹੈ। ਰਾਜੇ ਦੀ ਮਾਤਾ ਜੋ ਹੋਈ ਉਹ ਸਾਰਿਆਂ ਦੀ ਮਾਤਾ ਹੈ, ਪਰ ਉਹ ਤਾਂ ਕੋਈ ਕੋਈ ਰਾਜ ਮਾਤਾ ਜਾਂ ਜਗਤ ਮਾਤਾ ਬਣਦੀ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਇੱਕ ਐਸੀ ਦ੍ਰਿਸ਼ਟੀ ਦਿੱਤੀ, ਦੁਨੀਆਂ ਭਰ ਦੀਆਂ ਬਜ਼ੁਰਗ ਔਰਤਾਂ ਉਹਦੇ ਵਾਸਤੇ ਮਾਤਾ ਦੇ ਸਮਾਨ ਹਨ, ਉਹ ਸਭਨਾਂ ਨੂੰ ਮਾਂ ਸਮਝਦਾ ਹੈ। ਉਹਦੀ ਨਜ਼ਰ ਵਿੱਚ ਹਰ ਬਜ਼ੁਰਗ ਔਰਤ ਜਗਤ ਮਾਤਾ ਹੈ, ਸਾਰੇ ਸੰਸਾਰ ਦੀ ਮਾਤਾ ਹੀ ਹੈ। ਹਾਂ, ਉਹ ਰਾਣੀਆਂ, ਛਤਰੀਆਂ ਦੀਆਂ ਸਪਤਨੀਆਂ, ਰਾਜ ਘਰ ਵਿਆਹੀਆਂ ਹੋਈਆਂ, ਰਾਜ ਸਮਾਜ ਦਾ, ਰਾਜ ਦਾ ਸਾਰਾ ਸੁੱਖ ਠੁਕਰਾ ਕੇ, ਠੋਕਰ ਮਾਰ ਕੇ, ਟਿਆ ਕੇ ਨੀਵਿਆਂ ਦੇ ਘਰਾਂ ਵਿੱਚ ਜਾਣਗੀਆਂ, ਨੀਚ ਲੋਕਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਗੀਆਂ, ਆਪਣੀ ਜ਼ਿੰਮੇਦਾਰੀ ਉਹ ਵੀ ਤਿਆਗ ਦੇਣਗੀਆਂ, ਛੱਡ ਦੇਣਗੀਆਂ। ਇਉਂ ਰਾਜਿਆਂ ਦਾ ਹਾਲ, ਰਾਣੀਆਂ ਦਾ ਹਾਲ, ਆਉਣ ਵਾਲੇ ਸਮੇਂ ਵਿੱਚ ਜੈਸਾ ਜੈਸਾ ਵਾਤਾਵਰਨ ਹੋਵੇਗਾ, ਹਜ਼ੂਰ ਵਰਣਨ ਕਰ ਰਹੇ ਨੇ। ਇਵੇਂ ਰਾਜੇ, ਉਹਨਾਂ ਦੀਆਂ ਰਾਣੀਆਂ ਆਪਣੇ ਇਖਲਾਕ ਤੋਂ, ਆਪਣੇ ਆਚਰਨ ਤੋਂ, ਆਪਣੇ ਕਰੈਕਟਰ ਤੋਂ ਭ੍ਰਿਸ਼ਟ ਹੋ ਜਾਣਗੀਆਂ। ਹਾਂਜੀ, ਤੇ ਜੇ ਕਿਉਂਕਿ ਨੀਤੀ ਵੇਤਾਵਾਂ ਵਿਦਵਾਨਾਂ ਦਾ ਖਿਆਲ ਹੈ ਕਿ ਜਿਸ ਤਰ੍ਹਾਂ ਰਾਜਾ ਜੇ ਭ੍ਰਿਸ਼ਟ ਹੋ ਜਾਂਦਾ ਹੈ ਤਾਂ ਉਸ ਮੌਕੇ ਤੇ ਉਹਦੇ ਅਹਿਲਕਾਰ ਵੀ ਭ੍ਰਿਸ਼ਟ ਹੋ ਜਾਂਦੇ ਨੇ। ਜਦੋਂ ਅਹਿਲਕਾਰ ਭ੍ਰਿਸ਼ਟ ਹੁੰਦੇ ਨੇ ਤਾਂ ਬਾਕੀ ਦੇ ਲੋਕ ਵੀ ਭ੍ਰਿਸ਼ਟ ਹੋ ਜਾਂਦੇ ਨੇ। ਕਿਉਂਕਿ ਜੇ ਇੱਕ ਰਾਜਾ ਸਹੀ ਆਦਰਸ਼ਾਂ ਤੇ ਚੱਲਦਾ ਹੋਵੇ, ਉਹਦੇ ਅਹਿਲਕਾਰਾਂ ਦੀ ਜ਼ਰੂਰਤ ਨਹੀਂ ਹੁੰਦੀ, ਹਿੰਮਤ ਨਹੀਂ ਪੈਂਦੀ। ਜੇ ਅਹਿਲਕਾਰਾਂ ਦੀ ਹਿੰਮਤ ਨਾ ਪਵੇ ਤਾਂ ਪ੍ਰਜਾ ਦੇ ਲੋਕ ਵੀ ਖਿਆਲ ਰੱਖਦੇ ਨੇ, ਸਾਵਧਾਨ ਰਹਿੰਦੇ ਨੇ। ਜਦੋਂ ਰਾਜੇ ਤੇ ਰਾਣੀਆਂ ਦਾ ਇਹ ਹਾਲ ਹੋ ਗਿਆ, ਬਾਕੀ ਲੋਕਾਂ ਨੂੰ ਤਾਂ ਖੁੱਲ ਹੀ ਮਿਲ ਗਈ, ਬਾਕੀ ਲੋਕਾਂ ਨੂੰ ਤਾਂ ਆਪਣੇ ਆਪ ਹੀ ਆਜ਼ਾਦੀ ਪ੍ਰਾਪਤ ਹੋ ਗਈ। ਜੀ, ਸੂਦਰ ਬ੍ਰਹਮ ਸੁਤਾ ਭਏ, ਇਹ ਕਹਿੰਦੇ ਨੇ ਇਸੇ ਤਰੀਕੇ ਨਾਲ ਸੂਦਰ ਬ੍ਰਹਮ ਸੁਤਾ ਭਏ, ਹੋਰ ਵਿਚਾਰ ਵਰਣਨ ਕਰ ਰਹੇ ਨੇ ਕਿ ਦੂਸਰੇ ਪਾਸੇ ਸਮਾਜ ਦੀ ਹਾਲਤ, ਪਹਿਲਾਂ ਰਾਜੇ ਦੀ ਵਿਚਾਰ ਕਹੀਏ, ਰਾਜੇ ਕੈਸੇ ਹੋ ਜਾਣਗੇ, ਫਿਰ ਰਾਣੀਆਂ ਦੀ ਵਿਚਾਰ ਦਰਸਾਈਏ, ਰਾਣੀਆਂ ਕੈਸੀਆਂ ਹੋ ਜਾਣਗੀਆਂ। ਹੁਣ ਆਮ ਲੋਕਾਂ ਦੀ ਗੱਲ ਦੱਸਣ ਲੱਗੇ ਨੇ, ਜਿਹੜੇ ਸੂਦਰ ਹੋਣਗੇ, ਜਿਨ੍ਹਾਂ ਦਾ ਪਰਛਾਵਾਂ ਵੀ ਆਪਣੇ ਤੇ ਬ੍ਰਾਹਮਣ ਨਹੀਂ ਸਨ ਪੈਣ ਦਿੰਦੇ, ਕਹਿੰਦੇ ਨੇ ਬ੍ਰਾਹਮਣਾਂ ਦੀਆਂ ਜਿਹੜੀਆਂ ਪੁੱਤਰੀਆਂ ਸਨ ਉਹਨਾਂ ਦੇ ਪਤੀ ਹੋ ਜਾਣਗੇ। ਬ੍ਰਾਹਮਣਾਂ ਦੀਆਂ ਬੇਟੀਆਂ ਜੋ ਆਪਣੀ ਕੁਲ ਦਾ ਉੱਚਾ ਮਾਨ ਤੇ ਸਨਮਾਨ ਕਰਦੇ ਸਮਝ ਕੇ, ਆਪਣੇ ਆਪ ਨੂੰ ਸਮਾਜ ਅੰਦਰ ਸਭ ਤੋਂ ਉੱਚੀ ਕੁਲ ਦੀਆਂ ਸਮਝਦੀਆਂ ਸਨ, ਉਹ ਸ਼ੂਦਰਾਂ ਦੇ ਨਾਲ ਵਿਆਹ ਕਰਨਗੀਆਂ।
ਉਹ ਸ਼ੁੱਧ ਰਾਣੀਆਂ ਬਣ ਜਾਣਗੀਆਂ। ਇਹ ਚੀਜ਼ਾਂ ਤਾਂ ਹੁਣ ਆਮ ਚੱਲ ਰਹੀਆਂ ਨੇ ਜੀ। ਰਤ ਬ੍ਰਹਮ ਸੁਧਰੀ ਹੋਏਗੇ, ਜਿਹੜੇ ਬ੍ਰਹਮ ਬ੍ਰਹਮ ਦਾ ਅਰਥ ਇੱਥੇ ਬ੍ਰਹਮ ਉਹ ਬ੍ਰਹਮ ਨਹੀਂ ਅਕਾਲ ਪੁਰਖ ਵਾਹਿਗੁਰੂ, ਇੱਥੇ ਬ੍ਰਹਮ ਦਾ ਮਤਲਬ ਹੈ ਬ੍ਰਾਹਮਣ। ਜਿਹੜੇ ਬ੍ਰਾਹਮਣ ਹੋਣਗੇ ਉੱਚੀ ਕੁਲ ਵਿੱਚ ਰਹਿਣ ਵਾਲੇ ਵੇਦਾਂ ਦੇ ਵਿਦਵਾਨ ਮਹਾਨ ਪੰਡਿਤ ਜਿਹੜੇ ਵਿਦਿਆ ਦੇ ਕੇਂਦਰ ਹੋਣਗੇ, ਜਿਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਨੋਰਥ ਵਿਦਿਆ ਦਾ ਪ੍ਰਚਾਰ ਕਰਨਾ ਹੋਵੇਗਾ, ਉਹ ਸ਼ੂਦਰਾਂ ਦੀਆਂ ਇਸਤਰੀਆਂ ਦੇ ਨਾਲ ਪ੍ਰੀਤਵਾਨ ਹੋ ਕੇ ਆਪਣੀ ਜ਼ਿੰਮੇਦਾਰੀ ਤੋਂ ਭ੍ਰਿਸ਼ਟ ਹੋ ਕੇ ਸ਼ੂਦਰਾਣੀਆਂ ਨਾਲ ਮਿਲ ਕੇ ਸ਼ੂਦਰਾਂ ਦੀਆਂ ਬੇਟੀਆਂ ਨੀਵੀਂ ਕੁਲ ਦੀਆਂ ਬੇਟੀਆਂ ਨਾਲ ਵਿਆਹ ਕਰਾ ਕੇ ਉਹ ਬ੍ਰਾਹਮਣਾਂ ਤੋਂ ਨੀਚ ਹੋ ਜਾਣਗੇ। ਅਸਲ ਵਿੱਚ ਨੀਵਾਂ ਮਨੁੱਖ ਉਹ ਹੀ ਹੈ ਸਿੱਖ ਧਰਮ ਦੀ ਪਰੰਪਰਾ ਅਨੁਸਾਰ।